ਮਾਂ ਗੁਜਰੀ ਕਰ ਮਹਾਵਾਲੀ ਆ ਜਿਸ ਮਰਦ ਸੂਰ ਮਾਂ ਜਣਿਆ ਏ ਨੇਕੀ ਦੀ ਖਾਤਰ ਲੜਦਾ ਰਿਹਾ ਮਾੜੇ ਦਾ ਹਾਮੀ ਬਣਿਆ ਏ ਰੇਡੀਓ ਤੁਹਾਡੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ। ਦਵਿੰਦਰ ਸਿੰਘ ਵੱਲੋਂ ਬੁਲਾਈ ਗਈ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਪੰਜਾਬ ਦੇ ਵਿੱਚ ਸਮਾਂ 8:05 ਤੇ 5 ਮਿੰਟ ਹੋ ਚੁੱਕੇ ਨੇ। ਅੱਜ ਦਾ ਸਾਡਾ ਇਹ ਪ੍ਰੋਗਰਾਮ ਵਿਸ਼ੇਸ਼ ਪ੍ਰੋਗਰਾਮ ਆ, ਕਿਉਂਕਿ ਸਾਨੂੰ ਸਭ ਨੂੰ ਪਤਾ ਆ ਜੂਨ ਦਾ ਮਹੀਨਾ ਚੱਲ ਰਿਹਾ ਤੇ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਆ ਤਾਂ ਸਿੱਖਾਂ ਦੇ ਜਿਹੜੇ ਜ਼ਖਮ ਆ ਅੱਲੇ ਹੋ ਜਾਂਦੇ ਨੇ। 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਘੱਲੂਘਰ ਆ ਸਿੱਖਾਂ ਦੇ ਨਾਲ, ਸਿੱਖੀ ਦੇ ਨਾਲ ਸਾਡੇ ਗੁਰੂ ਘਰਾਂ ਦੇ ਉੱਤੇ ਵਾਪਰਿਆ ਆ, ਉਹ ਨਾ ਭੁੱਲਣ ਯੋਗ ਹੈ ਨਾ ਵਰਤਣ ਯੋਗ ਆ। ਤੇ ਉਸ ਘੱਲੂਘਰੇ ਨੂੰ ਯਾਦ ਕਰਦੇ ਹੋਏ ਅੱਜ ਦਾ ਸਾਡਾ ਇੱਕ ਸਪੈਸ਼ਲ ਪ੍ਰੋਗਰਾਮ ਆ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਰਦਾਰ ਜਸਵਿੰਦਰ ਸਿੰਘ ਦਿੱਲੀ ਹੋਣਾ ਦੇ ਨਾਲ, ਜੋ ਕਿ ਕਈ ਚੈਨਲਾਂ ਦੇ ਉੱਤੇ ਆਪਣੀ ਸੇਵਾਵਾਂ ਦੇ ਰਹੇ ਨੇ। ਆਓ ਆਪਾਂ ਉਹਨਾਂ ਦਾ ਸਵਾਗਤ ਕਰੀਏ ਤੇ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਈਏ। ਹਾਂਜੀ ਵੀਰ ਜਸਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ ਰੇਡੀਓ ਨਿਡਰ ਆਵਾਜ਼ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਜੂਨ ਦਾ ਮਹੀਨਾ ਚੜ ਚੁੱਕਿਆ ਆ, 1 ਜੂਨ ਤੋਂ 6 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ। 34 ਵਰੇ ਬੀਤ ਚੁੱਕੇ ਨੇ, ਸਾਡੀ ਕੌਮ ਜਿਹੜੀ ਹੈਗੀ ਆ, ਅਸੀਂ ਵੀ ਜਿੰਨੇ ਵੀ ਹੈਗੇ ਆ, ਜਦੋਂ ਜੂਨ ਦਾ ਮਹੀਨਾ ਆਉਂਦਾ ਆ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ ਬੜੀਆਂ ਡੀਪੀ ਸਾਂਝੀ ਕੀਤੀਆਂ ਜਾਂਦੀਆਂ ਨੇ, ਫੋਟੋਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ, ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਆ। 34 ਵਰੇ ਹੋ ਗਏ ਨੇ ਸਭ ਕੁਝ ਕਰਦਿਆਂ ਨੂੰ, ਆਪਾਂ ਨੂੰ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਨੂੰ। ਮੈਂ ਸਵਾਲ ਇਹ ਕਰਨਾ ਚਾਹੁੰਦਾ ਆ, ਇਹਨਾਂ 34 ਵਰਿਆਂ ਦੇ ਵਿੱਚ ਅਸੀਂ ਜੋ ਸਾਡੇ ਨਾਲ ਘੱਲੂਘਰਾ ਹੋਇਆ, ਜੋ ਸਾਡੀ ਨਸਲਕੁਸ਼ੀ ਹੋਈ ਹੈ, ਚਾਹੇ ਉਹ ਦਿੱਲੀ ਦੇ ਵਿੱਚ ਹੈ ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਆ, ਕੀ ਸਿੱਖਿਆ ਸੀ ਇਸ ਤੋਂ? ਜੀ ਸੱਚ ਕਵਾਂ ਤੇ ਲਫ਼ਜ਼ ਮੇਰੇ ਹਮੇਸ਼ਾ ਕੜਵੇ ਰਹੇ ਨੇ ਤੇ ਅੱਜ ਵੀ ਉਹੀ ਲਫ਼ਜ਼ਾਂ ਚ ਗੱਲ ਕਰਾਂਗਾ। ਅਸੀਂ ਕੁਛ ਵੀ ਨਹੀਂ ਸਿੱਖੇ ਜੀ। ਅਗਰ ਮੈਂ ਕਵਾਂ ਦੇਖੋ, ਅਗਰ ਅਸੀਂ ਆਪਣੇ ਸਿੱਖ ਕੌਮ ਦੀ ਗੱਲ ਕਰੀਏ, ਹਮੇਸ਼ਾ ਵੱਡੇ ਵੱਡੇ ਪ੍ਰਚਾਰਕ, ਵੱਡੇ ਵੱਡੇ ਜਿਹੜੇ ਬੁਲਾਰੇ ਨੇ, ਉਹ ਹਮੇਸ਼ਾ ਇੱਕ ਨਾ ਬੜੀ ਵਧੀਆ ਗੱਲ ਕਰਦੇ ਨੇ ਕਿ ਯਹੂਦੀ ਜੀ ਇਹਨਾਂ ਨੂੰ ਕਹਿੰਦਾ ਉਹ ਬੜੀ ਬਹਾਦਰ ਕੌਮ ਹੈ, ਸਾਡੀ ਕੌਮ ਵੀ ਇੰਨੀ ਬਹਾਦਰ ਹੈ। ਮਗਰ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ, ਸਾਡੇ ਸਾਰਿਆਂ ਨੂੰ ਸ਼ਾਇਦ ਸ਼ਰਮ ਆਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਯਹੂਦੀਆਂ ਨਾਲ ਜੋੜਦੇ ਹਾਂ। ਮੈਂ ਦੱਸ ਕਰਕੇ ਵਰਤ ਰਿਹਾ, ਯਹੂਦੀਆਂ ਦੇ ਨਾਲ ਜਦੋਂ ਘੱਲੂਘਰੇ ਹੋਏ, ਉਹਨਾਂ ਦੇ ਨਾਲ ਕਤਲੇਆਮ ਹੋਇਆ, ਉਹਨਾਂ ਨੇ ਉਸ ਚੀਜ਼ ਤੋਂ ਸਬਕ ਲੈ ਕੇ ਅੱਜ ਪੂਰੇ ਵਰਲਡ ਤੇ ਕੰਟਰੋਲ ਕੀਤਾ। ਦੁਨੀਆਂ ਦੇ ਅੰਦਰ ਸੋਨੇ ਦਾ ਕੰਟਰੋਲ ਉਹਨਾਂ ਦੇ ਹੱਥ ਵਿੱਚ ਹੈ, ਦੁਨੀਆਂ ਦੇ ਅੰਦਰ ਤੇਲ ਦੇ ਅੰਦਰ ਕੰਟਰੋਲ ਉਹਨਾਂ ਦੇ ਹੱਥ ਵਿੱਚ ਹੈ, ਦੁਨੀਆਂ ਦੇ ਅੰਦਰ ਹਥਿਆਰ, ਮਤਲਬ ਕੁਛ ਕਈ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦਾ ਕੰਟਰੋਲ ਕਹਿਣ ਨੂੰ ਅਮਰੀਕਾ ਜਾਂ ਦੂਜੇ ਮੁਲਕਾਂ ਦੇ ਹੱਥ ਵਿੱਚ ਹੈ, ਮਗਰ ਉਹਨਾਂ ਦੀ ਜਿਹੜਾ ਦਿਮਾਗ, ਜਿਹੜੀ ਮਨੀ ਪਾਵਰ, ਜੋ ਗੇਮ ਹੈ, ਉਹ ਕੰਟਰੋਲ ਯਹੂਦੀਆਂ ਦੇ ਕੋਲ ਹੈ। ਇਜ਼ਰਾਈਲ ਵਰਗਾ ਮੁਲਕ ਜਿਹੜਾ ਛੋਟਾ ਜਿਹਾ, ਜਿਹਨੂੰ ਅਸੀਂ ਕਹਿੰਦੇ ਹਾਂ, ਅੱਜ ਚਾਰੋ ਪਾਸੇ ਮੁਸਲਿਮ ਅਰਬ ਕੰਟਰੀਆਂ ਤੋਂ ਘਿਰੇ ਹੋਣ ਦੇ ਬਾਵਜੂਦ ਤਿਰੰਗਾ ਤਰ ਨਹੀਂ ਮਰਦਾ, ਉਹਦੀ ਵਜ੍ਹਾ ਇੱਕ ਹੀ ਹੈ ਕਿ ਜਦੋਂ ਉਹਨਾਂ ਨੂੰ ਮਾਰ ਪਈ, ਜਦੋਂ ਉਹਨਾਂ ਦੇ ਉੱਤੇ ਘੱਲੂਘਰੇ ਵਾਪਰੇ, ਜਦੋਂ ਉਹਨਾਂ ਦਾ ਕਤਲੇਆਮ ਹੋਇਆ, ਉਹਨਾਂ ਨੇ ਉਸ ਚੀਜ਼ ਤੋਂ ਸਬਕ ਲਿੱਤਾ। ਮਗਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਹਜ਼ਾਰਾਂ ਲੱਖਾਂ ਸ਼ਹੀਦਾਂ ਦੀ ਕੁਰਬਾਨੀ ਨਾਲ ਸਿੰਜਿਆ ਹੋਇਆ, ਦਸਮ ਪਾਤਸ਼ਾਹ ਦੇ ਹੱਥਾਂ ਨਾਲ ਸੁਰਜੀਤ ਕੀਤਾ ਹੋਇਆ ਸਾਡਾ ਆਲਸਾ, ਅੱਜ
ਇੰਨੀ ਬੁਰੀ ਤਰ੍ਹਾਂ ਮਾਰ ਖਾ ਰਿਹਾ, ਇੰਨੀ ਬੁਰੀ ਤਰ੍ਹਾਂ ਉਹਨੂੰ ਬਤਲਾਇਆ ਜਾ ਰਿਹਾ, ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ, ਮਗਰ ਅੱਜ ਦੀ ਜਿਹੜੀ ਪਨੀਰੀ ਹੈ, ਅੱਜ ਦੀ ਜਿਹੜੀ ਸਿੱਖੀ ਹੈ, ਉਹ ਕਿੱਥੇ ਨਾ ਕਿੱਥੇ ਇੰਨੀ ਮਾੜੇ ਹਾਲਾਤਾਂ ਚ, ਇੰਨੀ ਭੈਣੀ ਕਲਾ ਚ, ਮੈਂ ਐਗਜ਼ਾਮਪਲ ਦਿਆਂਗਾ ਆਪਣੇ ਸਿੱਖ ਸੈਂਟਰ ਦੇ ਪ੍ਰੋਗਰਾਮ ਦੇ ਅੰਦਰ। ਸਾਨੂੰ ਘੱਟੋ ਘੱਟ ਅਗਰ ਮੈਂ ਆਪਣੀ ਗੱਲ ਕਵਾਂ, ਹੋ ਸਕਦਾ ਮੇਰੇ ਜਿਹੜੇ ਯੁਵਕ ਨੇ, ਜਿਹੜੇ ਸ਼ਰੋਤੇ ਨੇ, ਉਹ ਮੇਰੀ ਗੱਲ ਤੋਂ ਨਾਰਾਜ਼ ਹੋਣ, ਮੈਂ ਪਹਿਲੇ ਮਾਫ਼ੀ ਲੈਂਦਾ। ਮੈਨੂੰ ਸ਼ਰਮ ਆ ਰਹੀ ਹੈ ਆਪਣੇ ਆਪ ਨੂੰ ਅੱਜ ਸਿੱਖ ਤੋਂ ਹੁੰਦੇ ਹੋਏ ਕਿ ਮੈਂ ਇਸ ਕੌਮ ਦਾ ਮਾਲਕ ਹਾਂ। ਉਹਦੀ ਵਜ੍ਹਾ ਹੈਗੀ ਕਿ ਅਗਰ ਮੈਂ ਆਪਣਾ ਪਿਛੋਕੜ ਦੇਖਦਾ ਤੇ ਮੈਨੂੰ ਸਾਰੇ ਪਾਸੇ ਸ਼ਹੀਦ ਦਿਖਦੇ ਨੇ, ਮੈਨੂੰ ਕਿਸਮ ਪਿਤਾ ਦਿਖਦਾ, ਮੈਨੂੰ ਸਾਹਿਬਜ਼ਾਦੇ ਦਿਖਦੇ ਨੇ, ਬਾਬਾ ਬੰਦਾ ਬਹਾਦਰ ਦਿਖਦਾ, ਹਰੀ ਸਿੰਘ ਨਲਵਾ ਦਿਖਦਾ। ਮੌਜੂਦਾ ਸਮੇਂ ਦੀ ਅਗਰ ਅਸੀਂ ਗੱਲ ਕਰੀਏ, ਪਿਛਲੇ 30 ਸਾਲ ਪਹਿਲੇ ਦੇ, ਸੰਤ ਜਰਨੈਲ ਸਿੰਘ ਪਿੰਡਰਾਲੇ ਦਿਖਦੇ ਨੇ, ਜਿੰਦਾ ਤੁੱਕਾ ਦਿਖਦਾ, ਭਾਈ ਅਮਰੀਕ ਸਿੰਘ ਦਿਖਦੇ ਨੇ, ਭਾਈ ਸੁਵੇਖ, ਸ਼ਹੀਦ ਹੀ ਸ਼ਹੀਦ ਦਿਖਦੇ ਨੇ। ਮਗਰ ਮੈਂ ਅਗਰ ਅੱਜ ਦੀ ਗੱਲ ਕਵਾਂ, ਮੈਨੂੰ ਸਾਰੇ ਪਾਸੇ ਝੋਲੀ ਚ ਤੇ ਬੋਲਕ ਚੋਰ ਲੀਡਰ ਦਿਖਾਈ ਦਿੰਦੇ। ਜਿਸ ਜਿਸ ਵਕਤ ਚ ਅਸੀਂ ਨਿਕਲ ਰਹੇ ਹਾਂ, ਸ਼ਾਇਦ ਆਉਣ ਵਾਲੇ ਸਮੇਂ ਦੇ ਅੰਦਰ, ਆਉਣ ਵਾਲੇ ਇਤਿਹਾਸ ਦੇ ਅੰਦਰ ਸਭ ਤੋਂ ਗੰਦਾ ਸਮਾਂ ਲਿਖਿਆ ਜਾਏਗਾ, ਜਿਸ ਸਾਲਾਂ ਦੇ ਅੰਦਰ ਅਗਰ ਅਸੀਂ ਰਹਿ ਰਹੇ ਹੈਗੇ ਹਾਂ। ਕਿਉਂਕਿ ਦਾਸ ਨੇ 84 ਦੇ ਮੁੱਦੇ ਦੇ ਉੱਤੇ, 84 ਦੇ ਕਤਲਿਆਂ ਪੀੜਤਾਂ, ਵਿਧਵਾਵਾਂ ਦੇ, ਮਾਵਾਂ ਭੈਣਾਂ ਦੇ ਬਹੁਤ ਇੰਟਰਵਿਊ ਕੀਤੇ ਨੇ। ਰੋਣਾ ਆਉਂਦਾ ਉਹਨਾਂ ਦੇ ਹਾਲਾਤ ਦੇਖ ਕੇ, ਮਗਰ ਸੱਚ ਕਹਾਂ ਉਹਨਾਂ ਦੇ ਦਰਦ ਨੂੰ ਇੰਨਾ ਕਾਫਲਾਂ ਨੇ ਵੀ ਦਰਦ ਦਿੱਤਾ ਜਿੰਨਾ ਸਾਡੇ ਲੀਡਰਾਂ ਨੇ ਵੇਚ ਖਾਧਾ, ਆਪਣੇ ਵਜ਼ੀਰਾਂ ਦੇ ਲਈ, ਆਪਣੀ ਕੁਰਸੀਆਂ ਦੇ ਲਈ, ਆਪਣੇ ਚੌਧਰ ਦੇ ਲਈ, ਆਪਣੀ ਦੁਕਾਨ ਚਲਾਉਣ ਲਈ। ਸਾਫ਼ ਕਰਨਾ ਮੈਨੂੰ ਮੈਨੂੰ ਵਾਪਰਿਆ, ਜੂਨ ਦਾ ਮਹੀਨਾ ਆਉਂਦਾ, ਸਾਡੇ ਜਥੇਦਾਰ, ਦੋਨੋਂ ਜਥੇਦਾਰਾਂ ਦੀ ਗੱਲ ਕਰ ਰਿਹਾ, ਚਾਹੇ ਜਿਹੜੇ ਅਕਾਲ ਤਖ਼ਤ ਸਾਹਿਬ ਉੱਤੇ SGPC ਵੱਲੋਂ ਬਣੇ ਹੋਏ ਨੇ, ਤੇ ਦੂਜੇ ਪਾਸੇ ਜਿਹਨਾਂ ਨੂੰ ਅਸੀਂ ਸਰਬੱਤ ਖਾਲਸਾ ਦੇ ਮੁੱਤਵਾਦੀ ਜਥੇਦਾਰ ਕਰ ਦਿੰਦੇ। ਸਾਡੇ ਤੇ ਅੱਜ ਕੌਮ ਦਾ ਹਾਲ ਹੈਗਾ ਕਿ ਹਰ ਤਖ਼ਤ ਦੇ ਦੋ ਦੋ ਜਥੇਦਾਰ ਹੋ ਗਏ ਨੇ, ਮਗਰ ਸਾਡਾ ਵੀ ਸ਼ਾਇਦ ਉਹ ਨਹੀਂ। ਮਗਰ ਮੇਰਾ ਭਾਵ ਕਹਿੰਦਾ ਜਿਵੇਂ ਜਿੱਥੇ ਬੰਦੀਆਂ ਨੇ, ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿੰਦਾ, ਮਗਰ ਇੱਕ ਮਿਸਾਲ ਵਜੋਂ ਗੱਲ ਕਰ ਰਿਹਾ, ਪਾਕਿਸਤਾਨ ਦੀ ਗੱਲ ਕਰਨ ਵਾਲੀ ਹੈ, ਆਜ਼ਾਦ ਮੁਲਕ ਦੀਆਂ ਗੱਲ ਕਰਨ ਵਾਲੀ ਹੈ, ਸ਼੍ਰੋਮਣੀ ਕਮੇਟੀ ਨੂੰ ਰੀਪ੍ਰਜੈਂਟ ਕਰਨ ਵਾਲੀ ਹੈ, ਦਿੱਲੀ ਕਮੇਟੀ ਨੂੰ ਰੀਪ੍ਰਜੈਂਟ ਕਰਨ ਵਾਲੀ ਹੈ, ਇਹਦੇ ਇਲਾਵਾ ਜਿਵੇਂ ਵੀ ਸਾਡੇ ਸੋ ਕਾਲਡ ਨਰਮ ਦਲੀਏ, ਸੋ ਕਾਲਡ ਗਰਮ ਦਲੀਏ, ਜਾਂ ਖਾਲਿਸਤਾਨ ਦੇ ਹੱਕ ਦੀ ਗੱਲ ਕਰਨ ਵਾਲੇ ਨੇ, ਜਾਂ ਖਾਲਿਸਤਾਨ ਦੇ ਖਿਲਾਫ਼ ਬੋਲਣ ਵਾਲੇ ਨੇ, ਸਾਰੇ ਦੇ ਸਾਰੇ ਜੂਨ ਦੇ ਮਹੀਨੇ ਤੋਂ 4-5 ਦਿਨ ਪਹਿਲੇ ਆਪਣੀ ਆਪਣੀਆਂ ਦੁਕਾਨਾਂ ਲਾ ਲੈਂਦੇ ਨੇ, ਆਪਣੀ ਆਪਣੀਆਂ ਸਟੇਟਮੈਂਟਾਂ ਜਾਰੀ ਕਰ ਲੈਂਦੇ ਨੇ, ਆਪਣੇ ਆਪਣੇ ਪ੍ਰੋਗਰਾਮ ਉਲੀਕ ਦਿੰਦੇ ਨੇ। ਮਗਰ ਜਿਵੇਂ ਹੀ 6 ਜੂਨ, 8 ਜੂਨ, 10 ਜੂਨ, 12 ਜੂਨ ਹੁੰਦੀ ਹੈ, ਉਹ ਜਜ਼ਬਾ ਕਿੱਥੇ ਚਲਾ ਜਾਂਦਾ। ਵੱਡੀਆਂ ਵੱਡੀਆਂ ਕਾਨਫਰੰਸਾਂ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਧਰਤੀ ਉੱਤੇ, ਮੁਬਾਰਕ ਨੇ, ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ, ਮਗਰ ਮਾਫ਼ ਕਰਨਾ, ਜੂਨ ਦੇ ਮਹੀਨੇ ਦੀ ਸਮਾਪਤੀ ਤੱਕ ਉਹ ਸਾਰਾ ਜਜ਼ਬਾ ਕਿੱਥੇ ਚਲਾ ਜਾਂਦਾ, ਮੈਨੂੰ ਇਹ ਸਮਝ ਨਹੀਂ ਆਉਂਦਾ। ਇਸ ਕਰਕੇ ਮੈਂ ਲੋਕ ਦੱਸ ਰਿਹਾ ਕਿ ਜੋ ਅਗਰ ਮੈਂ ਆਪਣਾ ਪਿਛੋਕੜ ਦੇਖਦਾ, ਆਪਣਾ ਸਿੱਖ ਇਤਿਹਾਸ ਦੇਖਣਾ, ਮੈਨੂੰ ਸਾਰੇ ਪਾਸੇ ਸ਼ਹੀਦ ਦਿਖਦੇ ਨੇ, ਤੇ ਅਗਰ ਮੈਂ ਅੱਜ ਦਾ ਸਮਾਂ ਦੇਖਣਾ ਤੇ ਮੈਨੂੰ ਸਾਰੇ ਪਾਸੇ ਦਰਬਾਰ ਤੇ ਝੋਲੀ ਚੁੱਕਲੀ ਬਣ ਦਿੱਤੀ। ਜੀ 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 ਵੀਰ ਜੀ, ਜਿੱਦਾਂ ਤੁਸੀਂ ਲੀਡਰਾਂ ਦੀ ਗੱਲ ਕੀਤੀ ਹੈ, 1984 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਹੋਣੀ, ਜਿਹਨਾਂ ਨੇ ਪੂਰੀ ਕੌਮ ਨੂੰ ਇਕਜੁੱਟ ਕੀਤਾ, ਜਿੰਨੇ ਕੁ ਕੌਮ ਦੇ ਮਸਲੇ ਨੇ ਉਹ ਸਮੇਂ ਵੀ ਉਹ ਮਸਲੇ ਓਦਾਂ ਦੇ ਓਦਾਂ ਸੀ, ਪਰ ਉਹਨਾਂ ਨੇ ਉਹ ਮਸਲਿਆਂ ਨੂੰ ਨਹੀਂ ਛੋਇਆ। ਜੋ ਉਹਨਾਂ ਦੀ ਲੜਾਈ ਸੀ, ਅਨੰਦਪੁਰ ਦਾ ਮੱਦਾ ਸੀ, ਜਾਂ ਪੰਜਾਬ ਦੇ ਹੱਕਾਂ ਦੀ ਗੱਲ ਸੀ, ਉਹ ਹੱਕਾਂ ਦੇ ਲਈ ਉਹ ਲੜੇ ਨੇ। ਅੱਜ ਦੇ ਅਜੋਕੇ ਸਮੇਂ ਦੀ ਮੈਂ ਗੱਲ ਕਰਾਂ, ਉਦੋਂ ਜਿਹੜੀ ਕੌਮ ਸੀ ਜਾਗਰੂਕ ਸੀ, ਉਦੋਂ ਨੌਜਵਾਨ ਵੀ ਜਾਗਰੂਕ ਸੀ। ਅੱਜ ਦੀ ਜੇ ਆਪਾਂ ਗੱਲ ਕਰੀਏ, ਜੇ ਆਪਾਂ ਕਿਸੇ ਨੌਜਵਾਨ ਨੂੰ ਪੁੱਛ ਲਈਏ, ਮੇਰੇ ਨਾਲ ਵੀ ਕਈ ਕਾਲਜ ਦੇ ਮੇਰੇ ਫਰੈਂਡ ਆ, ਉਹਨਾਂ ਨੂੰ ਇਹੀ ਨੀ ਪਤਾ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਿਉਂ ਹੋਇਆ, ਭਾਰਤੀ ਫੌਜ ਨੇ ਹਮਲਾ ਕਿਉਂ ਕੀਤਾ। ਅਸੀਂ ਇੰਨੇ ਇਨਸਾਫ਼ ਦੀ ਗੱਲ ਕਰਦੇ ਹਾਂ, ਵਰਲਡ ਲੈਵਲ ਤੇ ਆਪਣੀ ਗੱਲ ਲਿਜਾਣ ਦੀ ਗੱਲ ਕਰਦੇ ਹਾਂ ਕਿ ਅਲੱਗ ਆਪਣਾ ਮੁਲਕ ਚਾਹੁੰਦੇ ਹਾਂ, ਪਰ ਅਸੀਂ ਆਪਣੇ ਨੌਜਵਾਨਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ, ਚਾਹੇ ਉਹ ਸਿੱਖਿਆ ਚਾਹੇ ਨੌ ਸਿੱਖਿਆ, ਅਸੀਂ ਆਪਣੀ ਪਨੀਰ ਨੂੰ ਇਹ ਨੀ ਦੱਸ ਸਕੇ ਹੈਗੇ ਵੀ ਸਾਡੀ ਨਕਲਕੁਸ਼ੀ ਕਿਉਂ ਹੋਈ ਹੈ, ਇਹਦੇ ਪਿੱਛੇ ਕਾਰਨ ਕੀ ਸੀ। ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡੇ? ਦੇਖੋ ਵੀਰ ਜੀ, ਮੈਂ ਤੁਹਾਨੂੰ ਬੜਾ ਵਧੀਆ ਗੱਲ ਦੱਸਣਾ, ਤੁਸੀਂ ਅੱਜ ਵੀ ਦੇਖਦੇ ਜਿਵੇਂ ਸ਼ਰੋਤੇ ਮੇਰੇ ਸੁਣਦੇ ਨੇ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਅੰਦਰ, ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਾਂਗਾ, ਸੰਤ ਜਰਨੈਲ ਸਿੰਘ ਜੀ ਦੀਆਂ ਸਪੀਚਾਂ ਇੰਟਰਨੈਟ ਦੇ ਉੱਤੇ, ਗੂਗਲ ਦੇ ਉੱਤੇ ਸਰਚ ਕਰੋ, ਸਾਰੀਆਂ ਮਿਲ ਜਾਂਦੀਆਂ ਨੇ, ਉਹ ਸਾਰੀਆਂ ਸੁਣੋ, ਤੁਹਾਨੂੰ ਲੱਗੇਗਾ ਉਹ ਅੱਜ ਤੋਂ ਵੀ ਜਿਹੜੇ ਮਤਲਬ ਉਸ ਵੇਲੇ ਜਿਹੜੇ ਹਾਲਾਤ ਸਨ ਉਹ ਸ਼ਾਇਦ ਅੱਜ ਨਾਲ ਉਹ ਚੰਗੇ ਸਨ। ਸੰਤ ਜਰਨੈਲ ਸਿੰਘ ਪਿੰਡਰਾਲੇ ਸੰਤਾ ਨੇ ਆਪਸ ਹੀ ਵਿਚਾਰੀਏ ਕਿਹੜੀ ਵਜ਼ਾਰਤ ਦੇ ਲਈ ਸ਼ਸਤਰ ਚੁੱਕਿਆ, ਕੋਈ ਮੈਂ ਜਵਾਬ ਦੇ ਸਕਦਾ? ਕਿਸੇ ਕੋਲ ਜਵਾਬ ਨਹੀਂ। ਅਸੀਂ ਵਧੀਆ ਉਹਨਾਂ ਨੇ ਸਿੱਖੀ ਦੇ ਲਈ, ਅੜਕ ਦੇ ਲਈ, ਅੰਮ੍ਰਿਤ ਸੰਚਾਰ ਦੇ ਲਈ ਉਸ ਵੇਲੇ ਸ਼ਸਤਰਧਾਰੀ ਹੋਣ ਦੀ ਗੱਲ ਕੀਤੀ। ਅੱਜ ਦੇ ਸਮੇਂ ਦੇ ਅੰਦਰ
ਮੈਨੂੰ ਤੁਸੀਂ ਇੱਕ ਲੀਡਰ ਦੱਸ ਦਿਓ ਜਿਹੜਾ ਲੀਡਰ ਅੰਮ੍ਰਿਤਪਾਲ ਦੀ ਗੱਲ ਕਰਦਾ, ਸ਼ਸਤਰਧਾਰੀ ਹੋਣ ਦੀ ਗੱਲ ਕਰਦਾ। ਮਾਫ ਕਰਨਾ, ਵਜ਼ਾਰਤ ਦੀਆਂ ਗੱਲਾਂ ਹੁੰਦੀਆਂ ਨੇ, ਸੌਦੇਬਾਜ਼ੀਆਂ ਹੁੰਦੀਆਂ ਨੇ, ਕੁਰਸੀਆਂ ਦੇ ਲਈ ਹੁੰਦੀਆਂ ਨੇ, ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ, ਕਮੇਟੀ ਬਣਾਉਣੀਆਂ ਹੁੰਦੀਆਂ ਨੇ। ਅਗਰ ਅਸੀਂ ਗੱਲ ਕਰ ਰਹੇ ਹਾਂ ਜੂਨ ਦੇ ਮਹੀਨੇ ਦੇ ਅੰਦਰ, ਜਿਹਦੇ ਵਿੱਚ ਸੈਕੜੇ ਸਾਡੇ ਬੇਕਸੂਰੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਛੋਟੇ ਛੋਟੇ ਬੱਚੇ, ਮਾਵਾਂ, ਧੀਆਂ ਬੇਪਤ ਕਰਤੀਆਂ, ਮਾਰ ਦਿੱਤੀਆਂ ਗਈਆਂ, ਉਹਨਾਂ ਨੇ ਕਿਹੜੀ ਵਜ਼ਾਰਤ ਲੈਣੀ ਸੀ, ਉਹਨਾਂ ਨੇ ਕਿਹੜੀ ਗੱਲ ਕੀਤੀ ਸੀ। ਵਕਤ ਦੀ ਲੀਡਰਸ਼ਿਪ ਉਸ ਵੇਲੇ ਵੀ ਗੱਦਾਰੀ ਵੱਲ ਸੀ, ਅੱਜ ਦੀ ਲੀਡਰਸ਼ਿਪ ਵੀ ਗੱਦਾਰੀ ਵੱਲ ਹੈ। ਫਰਕ ਇੰਨਾ ਹੈ ਕਿ ਉਸ ਵੇਲੇ ਉਹ ਕੰਮ ਛੁੱਕਿਆ ਹੁੰਦਾ ਸੀ, ਹੁਣ ਸਾਡੇ ਲੀਡਰ ਬੇਸ਼ਰਮੀ ਦੇ ਨਾਲ ਨੰਗੇ ਹੋ ਕੇ ਆਪਣੀ ਇਸ ਕੰਮ ਨੂੰ ਅੰਜਾਮ ਤੱਕ ਲੈ ਕੇ ਜਾ ਰਹੇ ਨੇ। ਜਿਹੜਾ ਆਪ ਜੀ ਨੇ ਸਵਾਲ ਮੇਰੇ ਤੋਂ ਕੀਤਾ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਨਹੀਂ ਦੱਸ ਪਾਏ, ਉਹਦੀ ਵਜ੍ਹਾ ਪਿਛਲੇ 30-34 ਸਾਲਾਂ ਦੇ ਅੰਦਰ ਸਾਡੇ ਜਿਹੜੀ ਜਿਹੜੀ ਧਿਰਾਂ ਸਨ, ਸਾਡੇ ਗੁਰਦੁਆਰੇ, ਸਾਡੇ ਖਾਲਸਾ ਕਾਲਜ, ਸਾਡੇ ਵਿਦਿਅਕ ਅਦਾਰੇ, ਜਿੱਥੋਂ ਵੀ ਸਾਨੂੰ ਸਿੱਖੀ ਦਾ, ਖਾਲਸਾਈ ਦਾ ਗਿਆਨ ਮਿਲਣਾ ਸੀ, ਉਹ ਸਾਰਿਆਂ ਦੇ ਉੱਤੇ ਸਾਡੇ ਵੈਰੀਆਂ ਦਾ ਟੋਲਾ ਕਾਬਜ਼ ਹੋ ਚੁੱਕਾ। ਸ਼ਕਲਾਂ ਸਾਡੀ ਸਿੱਖੀ ਦੇ ਭੇਜਦੀਆਂ ਨੇ, ਮਗਰ ਸੋਚ ਉਸੀ ਬਾਮੜੀ ਸੋਚ ਨੂੰ ਕੰਟਰੋਲ ਕਰਦੀਆਂ ਨੇ, ਜਿਹਨਾਂ ਨੂੰ ਅਗਰ ਅਸੀਂ ਜੱਪ ਲਈ ਤੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਨੇਈ ਪਾਉਣ ਨੂੰ ਇਨਕਾਰ ਕੀਤਾ ਸੀ, ਉਸ ਦਿਨ ਸਾਡਾ ਹੈਰੀ ਹੋ ਗਿਆ ਸੀ। ਉਹ ਇਹ ਬਾਮੜੀ ਸੋਚ ਅੱਜ ਸਾਡੀਆਂ ਕਮੇਟੀਆਂ ਦੇ ਉੱਤੇ ਹਾਰੀ ਹੈ, ਸਾਡੇ ਵਿਦਿਅਕ ਅਦਾਰਿਆਂ ਦੇ ਉੱਤੇ ਹਾਰੀ ਹੈ, ਸਾਡੇ ਗੁਰਦੁਆਰੇ ਦੀਆਂ ਉਹ ਸਟੇਜਾਂ ਜਿਵੇਂ ਸਟੇਜਾਂ ਦੇ ਉੱਤੇ ਸਾਨੂੰ ਸਾਡਾ ਇਤਿਹਾਸ ਦੱਸਣਾ ਚਾਹੀਦਾ ਸੀ, ਸਾਡਾ ਵਿਰਸਾ ਦੱਸਣਾ ਚਾਹੀਦਾ ਸੀ। ਅੱਜ ਉਨ੍ਹੀ ਸਟੇਜਾਂ ਦੇ ਉੱਤੇ ਕੱਚੀ ਬਾਣੀ ਚੱਲਦੀ ਹੈ, ਉਨ੍ਹੀ ਸਟੇਜਾਂ ਦੇ ਉੱਤੇ ਪੋਲੀਟੀਕਲ ਡਿਸਕਸ਼ਨ ਹੁੰਦੀ ਹੈ, ਔਰ ਇੱਕ ਦੂਜੇ ਦੀਆਂ ਮੈਂ ਕਹਾਂਗੀ ਪੱਗਾਂ ਲਾਉਣ ਦੀਆਂ ਹਰਕਤਾਂ ਅਸੀਂ ਦੇਖਦੇ ਹਾਂ। ਅੱਜ ਅਗਰ ਮੈਂ ਅੱਜ ਦੀ ਹੀ ਗੱਲ ਕਰ ਦੇਵਾਂ ਤੇ ਤੁਹਾਡੇ ਸਾਹਮਣੇ ਸਾਡੀ ਕੌਮ ਅੱਜ ਤੱਕ ਸਾਲ ਔਰ ਪ੍ਰਚਾਰਕਾਂ ਦੇ ਨਾਂ ਉੱਤੇ ਲੜਾ ਦਿੱਤੀ ਗਈ ਹੈ, ਸਾਨੂੰ ਤੇ ਵੈਰੀਆਂ ਦੀ ਲੋੜ ਹੀ ਕਿਉਂ ਨਹੀਂ, ਅਸੀਂ ਆਪਸ ਇੱਕ ਦੂਜੇ ਨੂੰ ਮਾਰਨ ਤੇ ਇੱਕ ਦੂਜੇ ਦੀਆਂ ਪੱਗਾਂ ਲਾਉਣ ਨੂੰ ਤਿਆਰ ਹਾਂ। ਇਹ ਸਭ ਤੋਂ ਵੱਡੀ ਵਜ੍ਹਾ ਹੈਗੀ ਕਿ ਜਿਹੜੀ ਜਿਹੜੀ ਜਗ੍ਹਾ ਤੋਂ ਸਾਡੀ ਨਵੀਂ ਪਨੀਰੀ ਨੂੰ ਆਪਣੇ ਪਿੰਡੇ ਤੇ ਹੰਡਾਏ ਹੋਏ ਜ਼ਖਮਾਂ ਦੀ ਦਿੱਖ ਦਿਖਣੀ ਸੀ, ਜਿੱਥੇ ਸਾਨੂੰ ਇਤਿਹਾਸ ਮਿਲਣਾ ਸੀ, ਅੱਜ ਉਹਨਾਂ ਦੇ ਉੱਤੇ ਬਸੰਤ ਕਾਬਜ ਨੇ, ਬਹੰਤ ਕਾਬਜ ਨੇ, ਸਾਡੇ ਵੈਰੀ ਕਾਬਜ। ਜੀ ਜੀ ਜਸਵਿੰਦਰ ਸਿੰਘ ਜੀ, ਇੱਕ ਹੋਰ ਸਵਾਲ ਮੈਂ ਜੂਨ 84 ਨਾਲ ਸੰਬੰਧਿਤ ਕਰੂੰਗਾ, ਉਸ ਤੋਂ ਬਾਅਦ ਆਪਾਂ ਜੋ ਕਿ ਸਮੇਂ 'ਚ ਜੋ ਨਕਲਕੁਸ਼ੀ ਹੋ ਰਹੀ ਆ ਉਹਦੇ 'ਤੇ ਵਿਚਾਰ ਕਰਾਂਗੇ। ਜੂਨ 84 ਦੇ ਵਿੱਚ ਆਪਾਂ ਸਭ ਜਾਣਦੇ ਹਾਂ ਕਿ ਜਦੋਂ ਵੀ 84 ਆਉਂਦੀ ਹੈ ਅਸੀਂ ਯਾਦ ਕਰਦੇ ਹਾਂ, ਅਸੀਂ ਰੋਂਦੇ ਹਾਂ, ਸਾਡਾ ਦਿਲ ਭਰ ਆਉਂਦਾ ਵੀ ਸਾਡੀ ਕੌਮ ਨਾਲ ਕੀ ਹੋਇਆ। ਪਰ ਤੁਹਾਨੂੰ ਲੱਗਦਾ ਹੈ ਕਿ ਸਿਰਫ ਉਸ ਸਮੇਂ ਨੂੰ ਯਾਦ ਕਰਕੇ ਰੋਣਾ ਜਾਂ ਉਸ ਸਮੇਂ 6 ਦਿਨਾਂ ਦੇ ਵਿੱਚ ਅੱਜ ਕਈ ਜਗ੍ਹਾ ਦੇ ਉੱਤੇ ਅਖੰਡ ਪਾਠ ਚੱਲ ਰਹੇ ਨੇ, ਸ਼ਹੀਦਾਂ ਦੇ ਨਾਂ ਦੇ ਉੱਤੇ ਬਰਸੀਆਂ ਮਨਾਈਆਂ ਜਾ ਰਹੀਆਂ ਨੇ, ਇਹ ਸਭ ਕੁਝ ਹੋ ਰਿਹਾ ਆ, ਤੁਸੀਂ ਕੀ ਸਮਝਦੇ ਹੋ ਕਿ ਇੰਨਾ ਕੁਝ ਕਰਨਾ, ਸਮਾਗਮਾਂ ਤੱਕ ਸੀਮਤ ਰਹਿਣਾ ਜਾਂ ਉਸ ਸਮੇਂ ਨੂੰ ਯਾਦ ਕਰਕੇ ਰੋਣਾ, ਇਹ ਕਾਫੀ ਆ ਸਾਡੇ ਲਈ? ਨਹੀਂ, ਮੈਂ ਇਸ ਗੱਲ ਤੋਂ ਬਿਲਕੁਲ ਵੀ ਸਹਿਮਤ ਨਹੀਂ ਹਾਂ ਭਾਈ ਸਾਹਿਬ। ਦੇਖੋ, ਗੱਲ ਹੁੰਦੀ ਹੈ ਕਿ ਮੈਂ ਦੂਸਰੇ ਐਗਜ਼ਾਮਪਲ ਦਾ ਆਪਣੀ ਦੱਸਣਾ, ਇੱਕ ਸ਼ਖਸ ਤੁਸੀਂ ਹੋ, ਮੈਂ ਹਾਂ, ਕੋਈ ਵੀ ਆ, ਆਪਾਂ ਕਿਸੇ ਸੜਕ ਤੋਂ ਤੁਰਦੇ ਪਏ ਅਸੀਂ ਡਿੱਗ ਜਾਂਦੇ ਹਾਂ, ਸਾਡੇ ਪੈਰਾਂ 'ਚ ਸੱਟ ਲੱਗ ਜਾਂਦੀ ਆ। ਸੱਟ ਲੱਗਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੁੰਦਾ? ਸਾਨੂੰ ਉਹਦਾ ਇਲਾਜ ਕਰਾਉਣਾ ਪੈਂਦਾ, ਉਹਦੀ ਮਰਮ ਪੱਟੀ ਕਰਨੀ ਪੈਂਦੀ ਹੈ, ਤਦ ਜਾ ਕੇ ਉਹ ਜ਼ਖਮ ਸਾਡੇ ਠੀਕ ਹੁੰਦੇ ਨੇ। ਮਗਰ ਮਾਫ ਕਰਨਾ, ਅਸੀਂ ਸੱਟ ਦੇ ਉੱਤੇ ਮਰਮ ਪੱਟੀ ਤੇ ਨਾ ਕਰੀਏ, ਉੱਥੇ ਰੋਲਾ ਪਾਈ ਜਾਈਏ, ਮੈਨੂੰ ਸੱਟ ਲੱਗ ਗਈ, ਮੈਨੂੰ ਸੱਟ ਲੱਗ ਗਈ, ਮੈਨੂੰ ਸੱਟ ਲੱਗ ਗਈ, ਮਾਫ਼ ਕਰਨਾ। ਸੱਟ ਲੱਗਣ ਦੇ ਉੱਤੇ ਅਸੀਂ ਪਾਠ ਰਖਾ ਦਈਏ, ਸੱਟ ਰੱਖਣ ਦੀਆਂ ਬਰਤੀਆਂ ਬਣਾ ਲਈਏ, ਸੱਟ ਲੱਗਣ ਦੇ ਉੱਤੇ ਅਸੀਂ ਧਾਰਮਿਕ ਪੰਥ ਦੀ ਕੱਟ ਕਰ ਲਈਏ, ਤੇ ਮਾਫ਼ ਕਰੋ, ਸਾਡੇ ਤੋਂ ਵੱਡਾ ਮੂਹ ਰੱਖ ਦਿਓ। ਸਾਡੇ ਪਿੰਡੇ ਦੇ ਉੱਤੇ ਜਿਹੜੇ ਜ਼ਖਮ ਨੇ ਉਹਨਾਂ ਦਾ ਇਲਾਜ ਕਰਨਾ ਜ਼ਰੂਰੀ ਹੈ। ਅਗਰ ਅਸੀਂ ਆਪਣੇ ਸਰੀਰ ਦੇ ਕਿਸੇ ਜ਼ਖਮ ਨੂੰ ਖੁੱਲ੍ਹਾ ਨਹੀਂ ਕਰਦੇ, ਫਿਰ ਅਸੀਂ ਆਪਣੀ ਕੌਮ, ਆਪਣੇ ਇਤਿਹਾਸ, ਆਪਣੇ ਮੱਕੇ, ਹਰਿਮੰਦਰ ਸਾਹਿਬ, ਫਿਰ ਅਕਾਲਤਕ ਸਾਹਿਬ ਉੱਤੇ ਜਿਹੜੀਆਂ ਸੱਟਾਂ ਲੱਗੀਆਂ, ਜਿਹੜੇ ਜ਼ਖਮ ਲੱਗੇ, ਅਸੀਂ ਉਹਨਾਂ ਦਾ ਇਲਾਜ ਕਿਉਂ ਨਹੀਂ ਕੀਤਾ? ਉਹਦਾ ਇਲਾਜ ਸੀ ਸਭ ਤੋਂ ਪਹਿਲੇ, ਉਹ ਸਾਰਾ ਇਤਿਹਾਸ ਸਾਂਭਿਆ ਜਾਂਦਾ। ਦੂਸਰਾ ਇਲਾਜ ਸੀ, ਇਹ ਜੀ ਮੁੱਢ ਬੰਨੀ ਜਾਂਦੀ ਕਿ ਦੁਬਾਰਾ ਇਹੋ ਜਿਹੇ ਹਾਲਾਤ ਨਾ ਹੋਣ। ਸਾਡਾ ਆਪਰੇਸ਼ਨ ਬਲੈਕ ਥੰਡਰ ਵੀ ਹੋਇਆ, ਸਾਰੀ ਦੁਨੀਆਂ ਨੂੰ ਪਤਾ ਕਿਵੇਂ ਕੀਤਾ, ਕਿਹਦੇ ਕਹਿਣ ਤੇ ਕੀਤਾ, ਉਹ ਵੀ ਸਾਰੀ ਦੁਨੀਆਂ ਜਾਣੀ। ਸਾਨੂੰ ਚਾਹੀਦਾ ਸੀ ਅਸੀਂ ਉਸ ਜ਼ੁਲਮ ਨੂੰ, ਉਸ ਚੀਜ਼ ਦਾ ਰਿਕਾਰਡ ਬਣਾ ਕੇ ਸਾਂਭ ਕੇ ਰੱਖਦੇ, ਮਗਰ ਵਾਰ ਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਬਿਲਡਿੰਗ ਨੂੰ ਰੀਨੋਵੇਟ ਕਰਤਾ ਗਿਆ, ਹੌਲੇ ਹੌਲੇ ਨਿਸ਼ਾਨ ਮਿਟਾ ਦਿੱਤੇ ਗਏ। ਅੱਜ ਦੀ ਪਨੀਰੀ ਜਦੋਂ ਦਰਬਾਰ ਸਾਹਿਬ ਜਾਂਦੀ ਹੈ, ਉਹਨੂੰ ਕਿੱਥੇ ਗੋਲੀਆਂ ਦਾ ਨਿਸ਼ਾਨ ਨਹੀਂ ਮਿਲਦੇ, ਕਿੱਥੇ ਧੱਕਾ ਹੋਇਆ ਅਕਾਲ ਤਖ਼ਤ ਸਾਹਿਬ ਨੇ ਦਿੱਤਾ, ਤਾਂ ਸਾਡੀਆਂ ਕਮਜ਼ੋਰੀਆਂ ਨੇ, ਸਾਡੀਆਂ ਕਮੇਟੀਆਂ ਦੀ ਕਮਜ਼ੋਰੀਆਂ ਨੇ, ਸਾਡੇ ਧਾਰਮਿਕ ਲੀਡਰਾਂ ਦੀ ਕਮਜ਼ੋਰੀਆਂ ਨੇ। ਅਸੀਂ ਆਪਣੇ ਜ਼ੁਲਮਾਂ ਨੂੰ, ਆਪਣੇ ਜ਼ਖਮਾਂ ਨੂੰ ਸਾਂਭ ਨਹੀਂ ਸਕਦੇ। ਦੂਸਰੀ ਚੀਜ਼, ਘੱਟ ਤੋਂ ਘੱਟ ਮੈਂ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ, ਮੈਂ ਦਿੱਲੀ ਦੀ ਗੱਲ ਨਹੀਂ ਕਰਦਾ, ਮੈਂ ਪੰਜਾਬ ਦੀ ਗੱਲ ਕਰਦਾ। ਪੰਜਾਬ ਦੀ ਸਰਕਾਰ ਇੱਕ ਦੋ ਕਾਲ ਅਕੋਤੀ, ਅਕਾਲੀਆਂ ਦੀ ਸਰਕਾਰ ਕਿੰਨੀ ਵਾਰ ਆਈ,
ਆਖਰੀ ਡੇਟ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਹੈ ਜੀ ਅਸੀਂ ਇੱਕ ਕੌਮ ਨੂੰ ਨਹੀਂ, ਅਸੀਂ ਪੂਰੀ ਪੰਜਾਬੀਅਤ ਨੂੰ ਹੀ ਪ੍ਰਜੈਂਟ ਕਰਦੇ ਹਾਂ। ਅਗਰ ਅਜੀ ਬਜਾਏ ਜਿਹੜੇ ਸਿੱਖਾਂ ਦੀਆਂ ਲਾਸ਼ਾਂ ਦੇ ਉੱਤੇ ਖੜੇ ਹੋ ਕੇ ਅਕਾਲੀਆਂ ਨੇ ਵਜ਼ੀਰੀਆਂ ਲਿੱਤੀਆਂ, ਇਹਨਾਂ ਨੂੰ ਚਾਹੀਦਾ ਸੀ ਕਿ ਸਿਲੇਬਸ ਦੇ ਅੰਦਰ ਸਪੈਸ਼ਲ ਇੱਕ ਕਿਤਾਬ, ਇੱਕ ਐਸਾ ਇਤਿਹਾਸ ਘੱਟੋ ਘੱਟ ਪੰਜਾਬ ਦੇ ਅੰਦਰ ਲਾਜ਼ਮੀ ਕਰ ਦਿੱਤਾ ਜਾਂਦਾ ਕਿ ਸਾਡੇ ਨਾਲ ਕੀ ਵਾਪਰਿਆ। ਇੱਕ ਛੋਟੇ ਕਿਤਾਬ ਦੇ ਤੌਰ ਦੇ ਉੱਤੇ ਪੰਜਾਬ ਦੇ ਹਰ ਸਕੂਲ ਦੇ ਅੰਦਰ, ਹਰ ਕਲਾਸ ਦੇ ਅੰਦਰ ਚਾਹੇ ਚਾਰ ਪੇਜ ਦਾ ਹੁੰਦਾ ਆਪਣਾ ਇਤਿਹਾਸ ਦੱਸਿਆ ਜਾਂਦਾ, ਮਗਰ ਮਾਫ਼ ਕਰਨਾ ਕਿਸੇ ਨੇ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਪਾਇਆ। ਔਰ ਅਗਰ ਅਸੀਂ ਅੱਜ ਦੀ ਗੱਲ ਕਰੀਏ 34 ਸਾਲ ਬਾਅਦ ਸਾਡੇ ਆਪਣੇ ਸਿੱਖ, ਮੈਂ ਪਿਛਲੇ 6-7 ਸਾਲਾਂ ਦਾ ਹੀ ਤੁਹਾਨੂੰ ਕੰਪੈਰੀਜ਼ਨ ਦੱਸ ਦੇਣਾ। ਦਾਸ ਨੇ ਨਵਾਂ ਨਵਾਂ ਫੇਸਬੁੱਕ ਜੁਆਇਨ ਕੀਤਾ ਸੀ ਤੇ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਸੀ ਤੇ ਸਾਡੇ ਪੇਜਾਂ ਦੇ ਉੱਤੇ ਜਿਹੜੇ ਸਾਡੇ ਕੱਟਰ ਵੈਰੀ ਹੈਗੇ ਨੇ ਹਿੰਦੂਆਂ ਦੇ ਪੇਜਾਂ ਦੇ, ਮਤਲਬ ਜੋ ਵੀ ਇੱਕ ਉਹਨਾਂ ਦੀ ਆਈ ਡੀ ਤੋਂ ਪਤਾ ਲੱਗ ਜਾਂਦਾ ਸੀ ਕਿ ਇਹਨਾਂ ਨੂੰ ਪਿੱਛੇ ਤੋਂ ਉਹਨਾਂ ਕੋਈ ਏਜੰਸੀ ਚਲਾ ਰਹੀ ਹੈ, ਕੋਈ ਆਰ ਐਸ ਐਸ ਚਲਾ ਰਿਹਾ ਜਾਂ ਕੋਈ ਕੱਟਰ ਹਿੰਦੂ ਗਰੁੱਪ ਚਲਾ ਰਿਹਾ, ਉਹ ਸਾਡੇ ਅਗੇਂਸਟ ਬੋਲਦਾ ਸੀ, ਕਮੈਂਟ ਕਰਦਾ ਸੀ, ਸਾਡੀ ਆਈ ਡੀ ਹੈਕ ਕਰਦਾ ਸੀ। ਮਗਰ ਮਾਫ਼ ਕਰਨਾ, ਪਿਛਲੇ 7 ਸਾਲਾਂ ਦਾ ਬਦਲਾਅ ਵੀ ਦੱਸ ਦਿੰਦਾ। ਅੱਜ ਅਗਰ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਸਾਡੇ ਉੱਤੇ ਖਾਲਿਸਤਾਨੀ ਦੇ ਅਟੈਕ ਲੱਗਦੇ ਨੇ, ਸਾਡੇ ਤੇ ਅੱਤਵਾਦੀ ਦੇ ਅਟੈਕ ਲੱਗਦੇ ਨੇ, ਸਾਨੂੰ ਦੁਮਾਲੇ ਵਾਲਾ ਕਿਹਾ ਜਾਂਦਾ, ਸਾਨੂੰ ਸੈਪਰੇਟ ਕਿਹਾ ਜਾਂਦਾ ਹੈਗਾ, ਕਿਉਂ? ਉਹ ਸਭ ਤੋਂ ਵੱਡੀ ਗੱਲ, ਸਾਡੀਆਂ ਗੱਲਾਂ ਕਹਿਣ ਵਾਲੇ ਉਹ ਕੋਈ ਏਜੰਸੀ ਦੇ ਬੰਦੇ ਨਹੀਂ ਨੇ, ਸਾਡੇ ਸੌ ਗੱਲ ਆਪਣੇ ਸਿੱਖ ਕਮਿਊਨਿਟੀ ਦੇ ਲੋਕ ਨੇ। ਅਸੀਂ ਉਹਨਾਂ ਦੀ ਆਈਡੀਆ ਜਦੋਂ ਚੈੱਕ ਕਰਦੇ ਹੈਗੇ ਹਾਂ ਉਹ ਫੇਕ ਆਈਡੀਆ ਵੀ ਨਹੀਂ ਹੁੰਦੀਆਂ। ਕਹਿਣ ਦਾ ਭਾਵ, ਪਿਛਲੇ 34 ਸਾਲਾਂ ਦੇ ਅੰਦਰ ਜਿੱਥੇ ਪੰਜਾਬ ਦੀ ਪਨੀਰੀ ਨੂੰ, ਪੰਜਾਬ ਦੀ ਸੋਚ ਨੂੰ, ਪੰਜਾਬ ਦੇ ਪਾਣੀ ਨੂੰ, ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਇੱਕ ਸੱਚੇ ਸੁੱਚੇ ਮਾਹੌਲ ਨੂੰ ਜ਼ਹਿਰੀਲਾ ਕਰ ਦਿੱਤਾ ਗਿਆ, ਦੂਜੇ ਪਾਸੇ ਇੱਕ ਨਾਮਰਦੀ ਮੈਂ ਕਹਿ ਸਕਦਾ ਹੈਗਾ, ਇੱਕ ਡਰ ਕਹਿ ਸਕਦਾ, ਇੱਕ ਭੈ ਕਹਿ ਸਕਦਾ, ਸਾਡੀ ਸਿੱਖ ਜਨਰੇਸ਼ਨ ਦੇ ਦਿਮਾਗ ਵਿੱਚ 34 ਸਾਲਾਂ ਚ ਭਰ ਦਿੱਤਾ ਗਿਆ ਕਿ ਸਾਨੂੰ ਸਿੱਖੀ ਦੇ ਕਿਸੇ ਮਸਲੇ ਤੋਂ ਕੁਛ ਨੀ ਲੈਣਾ, ਸਾਨੂੰ ਖਾਲਿਸਤਾਨ ਤੋਂ ਕੁਛ ਨੀ ਲੈਣਾ, ਸਾਨੂੰ 84 ਦੇ ਕਤਲੇਆਮ ਤੋਂ ਕੁਛ ਨੀ ਲੈਣਾ, ਸਾਨੂੰ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਛ ਨੀ ਲੈਣਾ, ਸਾਨੂੰ ਅਨੰਦਪੁਰ ਸਾਹਿਬ ਦੇ ਮਤੇ ਤੋਂ ਕੁਛ ਨੀ ਲੈਣਾ, ਸਾਨੂੰ ਅੱਜ ਪੰਜਾਬ ਦੇ ਪਾਣੀ ਦਾ ਹਾਲ ਦੇਖ ਲਓ ਕੀ ਹਾਲਤ ਹੋ ਗਈ ਹੈ, ਕਿ ਵੀਡੀਓ ਆ ਰਹੀਆਂ ਨੇ ਕਿ ਸਾਡਾ ਪੰਜਾਬ ਦਾ ਪਾਣੀ ਜ਼ਹਿਰੀਲਾ ਕਰ ਦਿੱਤਾ ਗਿਆ। ਕਿਸ ਨੇ ਕੀਤਾ, ਕਿਹਦੇ ਕਹਿਣ ਤੇ ਕੀਤਾ, ਉਹ ਇੱਕ ਅਲੱਗ ਵਿਸ਼ਾ ਹੈ। ਮਗਰ ਕੀ ਪੰਜਾਬ ਦੇ ਲੋਕੀ ਜਾਗਰੂਕ ਹੋਏ? ਨਹੀਂ, ਸਾਡੇ ਸਿੱਖਾਂ ਦੀ ਪੰਜਾਬੀਆਂ ਦੀ ਸੋਚ ਨੂੰ ਖੁੰਡ ਕਰਕੇ ਰੱਖ ਦਿੱਤਾ ਹੈ ਕਿ ਤੁਸੀਂ ਆਪਣੇ ਪਿੰਡੇ ਤੇ ਹੋਏ ਕਿਸੇ ਜ਼ੁਲਮ ਦੇ ਖਿਲਾਫ਼ ਨਹੀਂ ਬੋਲਣਾ, ਤੁਸੀਂ ਆਪਣੇ ਪਿੰਡੇ ਤੇ ਹੋਏ ਕਿਸੇ ਵੀ ਦਰਦ ਦੀ ਆਵਾਜ਼ ਤੱਕ ਨਹੀਂ ਕੱਢਣੀ, ਰੋਟੀ ਖਾਓ, ਜਿਹਨੂੰ ਮੈਂ ਕਹਿੰਦਾ ਇਨਸਾਨ ਦੀ ਜੂਨ ਹੈ, ਬਸ ਆਪਣੀ ਜੂਨ ਜੀਓ, ਤੇ ਜੇ ਪੰਜਾਬੀ ਦਾ ਬੜਾ ਵਧੀਆ ਲੱਗਦਾ, ਸਾਨੂੰ ਕੀ? ਉਹ ਅੱਜ ਉਹ ਪੰਜਾਬੀ ਦੀ ਗੱਲ ਸਾਨੂੰ ਕੀ ਤੇ ਮੈਨੂੰ ਕੀ ਦਿੱਤੇ ਆ ਗਈ ਹੈ। ਹਰ ਪੰਜਾਬੀ ਸਿਰਫ ਆਪਣੇ ਇਕੱਲੇ ਦੀ ਸੋਚਦਾ, ਨਾਲ ਗਵਾਂਢ ਦੇ ਅੰਦਰ ਕਿਸੇ ਦੀ ਪੰਗ ਲੈ ਜਾਂਦੀ ਹੈ, ਕਿਸੇ ਦੀ ਇੱਜ਼ਤ ਲੁੱਟੀ ਜਾਂਦੀ ਹੈ, ਤੇ ਅੱਜ ਉਹੀਓ ਪੰਜਾਬੀ ਜੇਕਰ ਤੱਕ ਦੂਜੇ ਧਰਮ ਵਾਲਿਆਂ ਦੀ ਰਾਖੀ ਕਰਦਾ ਸੀ, ਅੱਜ ਬੂਆ ਬੰਦ ਕਰਕੇ ਆਪਣੇ ਘਰ ਬੈਠ ਜਾਂਦਾ, ਸੋਚਦੇ ਕਿ ਮੈਨੂੰ ਅੱਜ ਕਿੰਨੇ ਬੁਰੇ ਹਾਲਾਤ ਆ ਸਾਡੀ ਪੰਜਾਬੀਅਤ ਅੱਗੇ ਜੀ। ਜੀ ਵੀਰ ਜੀ, ਜਿੱਦਾਂ ਤੁਸੀਂ ਪਾਣੀਆਂ ਦੀ ਗੱਲ ਕੀਤੀ, ਜੇ ਮੈਂ ਗੱਲ ਕਰਾਂ 1984 ਦੀ, 1984 ਦੇ ਵਿੱਚ ਜੋ ਘੱਲੂਘਾਰਾ ਹੋਇਆ, ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਉਸ ਤੋਂ ਬਾਅਦ ਜੋ ਅੱਜ ਦੇ ਹਾਲਾਤ ਨੇ, ਅੱਜ ਜੋ ਸਾਡੇ ਨਾਲ ਹੋ ਰਿਹਾ ਆ, ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਆ, ਚਾਹੇ ਉਹ ਪੰਜਾਬ ਦੇ ਹੋਰ ਜਿੰਨੇ ਮਸਲੇ ਨੇ ਉਹ ਨੇ, ਤੁਹਾਨੂੰ ਲੱਗਦਾ ਵੀ ਉਹ ਵੀ ਇੱਕ ਨਸਲਕੁਸ਼ੀ ਦਾ ਹੀ ਹਿੱਸਾ ਨੇ ਜੋ ਅੰਦਰ ਖਾਤੇ ਹੋ ਰਹੀ ਆ? ਪਹਿਲਾਂ ਨਸਲਕੁਸ਼ੀ ਸਾਹਮਣੇ ਹੋਈ ਸੀ, ਸਾਨੂੰ ਸਾਹਮਣੇ ਮਾਰਿਆ ਗਿਆ, ਜਵਾਬ ਹੈ ਕਿ ਦਰਬਾਰ ਸਾਹਿਬ ਜਦੋਂ ਉਹਨਾਂ ਨੇ ਹਮਲਾ ਕਰ ਲਿਆ, ਟੈਂਕ, ਜਹਾਜ, ਤੋਪਾਂ, ਗੈਸਾਂ, ਹਰ ਚੀਜ਼ ਵਰਤ ਕੇ ਵੇਖ ਲਿਆ, ਉਹਨਾਂ ਨੇ ਦੇਖ ਲਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਦੇ ਲਈ, ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਦੇ ਲਈ, ਸਿੰਘ ਆਪਣੀ ਜਾਨ ਆਪਣਾ ਆਪਾ ਵਾਰਨ ਨੂੰ ਤਿਆਰ ਨੇ, ਇਹਨਾਂ ਨਾਲ ਸਿੱਧੀ ਜੰਗ ਦੇ ਵਿਚਕਾਰ ਨਹੀਂ ਕੀਤਾ ਜਾ ਸਕਦਾ, ਤੇ ਉਹਨਾਂ ਨੇ ਸਾਡੇ ਸਲੋ ਪਾਜਨ ਪਾ ਦਿੱਤਾ, ਭਾਵ ਸਾਡੀ ਜਿਹੜੇ ਮੁੱਦੇ ਅਦਾਰੇ ਜੋ ਸਾਡੀ ਸਿੱਖੀ ਦੀਆਂ ਜੜ੍ਹਾਂ ਸਨ, ਚਾਹੇ ਤਕਾਲ ਦੀ ਅਸੀਂ ਗੱਲ ਕਰ ਲਈਏ, ਚਾਹੇ ਸਿੱਖ ਫੈਡਰੇਸ਼ਨਾਂ ਦੀ ਅਸੀਂ ਗੱਲ ਕਰ ਲਈਏ, ਸਾਡੇ ਐਸ ਡੀ ਪੀ ਸੀ ਦੇ ਗੁਰਦੁਆਰੇ ਕਹਿ ਲਈਏ, ਡੀ ਐਸ ਡੀ ਐਸ ਸੀ ਦੇ ਗੁਰਦੁਆਰੇ ਕਹਿ ਲਈਏ, ਖਾਲਸਾ ਕਾਲਜਾਂ ਦੀ ਗੱਲ ਕਰ ਲਈਏ, ਖਾਲਸਾ ਸਕੂਲਾਂ ਦੀ, ਜਿੱਥੋਂ ਜਿੱਥੋਂ ਸਿੱਖੀ ਦਾ ਬੂਟਾ ਲੈ ਲਹਿੰਦਾ ਸੀ, ਉਹਦੀ ਜੜ੍ਹਾਂ ਦੇ ਅੰਦਰ ਇਹਨਾਂ ਨੇ ਜ਼ਹਿਰ ਪਾ ਦਿੱਤਾ, ਜਿਹਦਾ ਅਸਰ ਅੱਜ 34 ਸਾਲ ਬਾਅਦ ਅਸੀਂ 84 ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਹੇ ਹੈਗੇ ਹਾਂ। ਤੁਹਾਡੇ ਸਵਾਲ ਦਾ ਇਹੀ ਜਵਾਬ ਹੈਗਾ ਕਿ ਉਹਨਾਂ ਨੇ ਡਾਇਰੈਕਟ ਪੋਇਜ਼ਨ ਵੀ ਸਾਨੂੰ ਦਿੱਤਾ, ਸਾਡੇ ਦਰਬਾਰ ਸਾਹਿਬ ਤੋਂ ਹਮਲਾ ਕਰਕੇ, ਖਾਲਸਾ ਦੇ ਸਾਹਮਣੇ ਪਾਬੰਦੀ ਕਰਕੇ, ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੌਮ ਦੀ ਨਸਲਕੁਸ਼ੀ ਕਰਨ ਦੇ ਲਈ ਸਾਨੂੰ ਸਲੋ ਪੋਇਜ਼ਨ ਦਿੱਤਾ, ਜਿਹੜਾ ਲਗਾਤਾਰ ਪਿਛਲੇ 34 ਸਾਲਾਂ ਤੋਂ ਜਾਰੀ ਹੈ।
ਜੀ ਵੀਰ ਜੀ, 34 ਵਰਿਆਂ ਦਾ ਜੇ ਆਪਾਂ ਲੇਖਾ ਜੋਖਾ ਕਰਦੇ ਹਾਂ, ਇਹਨਾਂ 34 ਵਰਿਆਂ ਚ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਅਸੀਂ ਕੁਝ ਨਹੀਂ ਸਿੱਖਿਆ, 34 ਵਰੇ ਬੀਤ ਗਏ ਨੇ, ਹੋਰ ਅੱਗੇ ਸਮਾਂ ਆਉਣਾ ਆ, ਸਾਡੀ ਜਿਹੜੀ ਪਨੀਰੀ ਆ ਉਹਨੇ ਜਵਾਨ ਹੋਣਾ ਆ, ਕੀ ਭਵਿੱਖ ਦੇਖਦੇ ਆ ਜੇਕਰ ਏਦਾਂ ਹੀ ਹਾਲਾਤ ਰਹੇ ਜੋ 34 ਸਾਲਾਂ ਚ ਬੀਤਾ ਆ, ਅੱਗੇ ਵੀ ਏਦਾਂ ਹੀ ਰਿਹਾ ਆ, ਤਾਂ ਸਿੱਖ ਕੌਮ ਨੂੰ ਕਿੱਥੇ ਖੜੀ ਦੇਖਦੇ ਹੋ? ਦੇਖੋ ਜੀ, ਮੇਰੇ ਹਿਸਾਬ ਨਾਲ ਸਿੱਖਾਂ ਦਾ ਬਹੁਤ ਮਾੜਾ ਸਮਾਂ ਹੈ। ਬੇਸ਼ਕ ਕਈ ਸ਼ਰੋਤੇ ਮੇਰੀ ਗੱਲ ਤੋਂ ਸਹਿਮਤ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਦੁਮਾਲੇ ਸਜਾਏ ਵੀਰ, ਸ਼ਸਤਰਧਾਰੀ ਵੀਰ ਪੰਜਾਬ ਦੇ ਹਰ ਕਿਸੇ ਵੱਡੇ ਸੰਸਾਰ ਦੀ ਘਾਟ ਚ ਦੇਖਣ ਨੂੰ ਜ਼ਰੂਰ ਮਿਲ ਜਾਂਦੇ ਨੇ। ਮਗਰ ਮਾਫ ਕਰਿਓ, ਅਗਰ ਤੁਸੀਂ ਪਿਛਲੇ ਦੋ ਸਾਲ ਚਾਰ ਸਾਲ ਪੰਜ ਸਾਲ ਦਾ ਡਾਟਾ ਕੱਢ ਲਓ, ਗੂਗਲ ਦੇ ਉੱਤੇ ਯੂਟਿਊਬ ਉੱਤੇ ਸਰਚ ਕਰ ਲਓ, ਸ਼ਾਇਦ ਹੀ ਕੋਈ ਦਿਨ ਕੋਈ ਐਸਾ ਹਫ਼ਤਾ ਹੁੰਦਾ ਜਿਸ ਦਿਨ ਸਿੱਖ ਦੀ ਪੱਗ ਨਹੀਂ ਰੁਲਦੀ, ਜਿਸ ਦਿਨ ਉਹਦੇ ਕੇਸਾਂ ਦੀ ਬੇਦਬੀ ਨਹੀਂ ਹੁੰਦੀ, ਜਿਸ ਦਿਨ ਸਾਡੇ ਗੁਰੂ ਘਰ ਤੇ ਹਮਲਾ ਨਹੀਂ ਹੁੰਦਾ। ਤੁਸੀਂ ਨੋਟ ਕਰੋ, ਪਿਛਲੇ 2-2.5 ਸਾਲਾਂ ਦੇ ਅੰਦਰ ਸੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇੰਨੀਆਂ ਬੇਦਬੀਆਂ ਹੋਈਆਂ, ਪੰਜਾਬ ਵਿੱਚ ਹੀ ਹੋਈਆਂ, ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਹੋਈਆਂ, ਅੱਜ ਤੱਕ ਸ਼ਖਸ ਨਹੀਂ ਫੜਿਆ ਗਿਆ, ਅੱਜ ਤੱਕ ਉਹਦਾ ਕੇਸ ਨਹੀਂ ਚੱਲਿਆ। ਬੇਸ਼ਕ ਸਰਕਾਰੀ ਕਾਗਜ਼ਾਂ 'ਚ ਇਨਕੁਆਇਰੀ ਚੱਲ ਰਹੀ ਹੈ, ਇਨਕੁਆਇਰੀ 84 ਵੀ ਸਾਨੂੰ ਨਹੀਂ ਮਿਲੀ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਤੋਂ ਕਿੱਥੇ ਮਿਲੇਗੀ? ਸਾਨੂੰ ਇਸ ਗੱਲ ਨੂੰ ਸਮਝਣਾ ਪਏਗਾ, ਸਾਡੇ ਪੈਰੀ ਨੇ ਕੀ ਕੀਤਾ। ਅਖਬਾਰਾਂ ਦੇ ਅੰਦਰ ਮੀਡੀਆ 'ਚ ਕੰਟਰੋਲ ਤੁਹਾਨੂੰ ਪਤਾ, ਅੱਜ ਦੀ ਡੇਟ ਦੇ ਅੰਦਰ ਵੀ ਸਾਡੇ ਵੈਰੀਆਂ ਦਾ ਹੈਗਾ, ਉਹਨੇ ਇੱਕ ਦਿਨ ਬੇਦਬੀ ਕੀਤੀ, ਸਿੱਖਾਂ ਨੂੰ ਦਰਦ ਹੋਇਆ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ, ਫਿਰ ਦੂਜੇ ਦਿਨ ਹੋਈ, ਫਿਰ ਦਸਵੇਂ ਦਿਨ ਹੋਈ, ਇੱਕ ਆਮ ਆਦਤ ਪੈ ਗਈ, ਲੋਕਾਂ ਨੂੰ ਆਦਤ ਪੈ ਗਈ। ਇੱਕ ਪਾਸਾ ਉਹ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ, ਮੈਨੂੰ ਹਾਲੇ ਤੱਕ ਸੰਤਾਂ ਦੀ ਕੀ ਯਾਦ ਹੈ, ਪਤਾ ਨੀ ਕਿਹੜੇ, ਮੈਂ ਮਾਫ਼ੀ ਚਾਹੁੰਦਾ, ਮੈਨੂੰ ਤਰੀਕ ਔਰ ਸਮ ਨਹੀਂ ਯਾਦ, ਗੁਰੂ ਗ੍ਰੰਥ ਸਾਹਿਬ ਦੇ ਕੁਛ ਸਰੂਪ ਅਗਨ ਭੇਟ ਹੋਏ ਸਨ ਪੰਜਾਬ ਦੀ ਕਿਸੇ ਧਰਤੀ ਉੱਤੇ, ਤੇ ਸੰਤਾਂ ਨੇ ਜ਼ਿਕਰ ਕੀਤਾ ਸੀ ਕਿ ਅਗਰ ਕੱਲ ਸ਼ਾਮ, ਮਤਲਬ ਉਹਨਾਂ ਨੇ ਖਿਮਾ ਕਿਹਾ ਸੀ ਕਿ ਅਗਰ ਦਿੱਲੀ ਵੱਲੋਂ, ਸੋਚ ਕੇ ਦੇਖੀਏ, ਪੰਜਾਬ ਨੇ ਦਿੱਲੀ ਵੱਲੋਂ ਅਗਰ ਇਹਦਾ ਹੱਲ ਨਾ ਕੀਤਾ ਗਿਆ, ਇਹਦੇ ਅਪਰਾਧੀ ਨਾ ਫੜੇ ਗਏ, ਤੇ ਆਪਾਂ ਇੱਕ ਨਾਲ ਫੜਵਾ ਦਿਆਂਗੇ, ਤੇ 24 ਘੰਟਿਆਂ ਦੇ ਅੰਦਰ ਅਪਰਾਧੀ ਵੀ ਫੜੇ ਗਏ ਤੇ ਇਨਸਾਫ਼ ਵੀ ਹੋਇਆ। ਤੇ ਅੱਜ ਪਿਛਲੇ 4-5 ਸਾਲਾਂ ਦੇ ਅੰਦਰ ਸੈਂਕੜਿਆਂ ਦੀ ਗਿਣਤੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਗਏ, ਕੋਈ ਪੁੱਛਣ ਵਾਲਾ ਨੀ, ਕੋਈ ਕਹਿਣ ਵਾਲਾ ਨੀ, ਸਰਕਾਰਾਂ ਵੀ ਬਦਲ ਗਈਆਂ, ਅਕਾਲੀ ਚਲੇ ਗਏ, ਕਾਂਗਰਸੀ ਆ ਗਏ, ਮਾਹੌਲ ਅੱਜ ਵੀ ਫਿਰ ਉੱਥੇ ਦੱਸਦੇ ਆ, ਸਿੱਖਾਂ ਦੀ ਪੱਖ ਅੱਜ ਹਰ ਪਾਸੇ ਰੋਲੀ ਜਾ ਰਹੀ ਹੈ। ਔਰ ਮੈਂ 84 ਦੀ ਗੱਲ ਵੀ ਜ਼ਰੂਰ ਕਰਾਂਗਾ, ਸ਼ਿਲੋਂਗ ਮੇਘਾਲਿਆ ਦੀ ਗੱਲ ਦੇ ਉੱਤੇ ਮੈਂ ਅਖੀਰਲੇ 15 ਮਿੰਟ ਆਪ ਜੀ ਨੂੰ ਬੇਨਤੀ ਕਰਾਂਗਾ ਕਿ ਅਖੀਰਲੇ 10-15 ਮਿੰਟ ਅਸੀਂ ਸ਼ਿਲੋਂਗ ਦੇ ਉੱਤੇ ਡਿਸਕਸ ਕਰੀਏ, ਤਾਂ ਕਿ ਬਾਹਰ ਬੈਠੇ ਪੂਰੇ ਵਰਗ ਦੇ ਸਰੋਤਿਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਨਾਲ 84 ਅੱਜ ਵੀ ਕਿਵੇਂ ਵਾਪਰ ਰਹੀ ਹੈ। ਮਗਰ ਮੈਂ ਆਪ ਜੀ ਉਸ ਸਵਾਲ ਨੂੰ ਜਵਾਬ ਪਹਿਲਾਂ ਦੇ ਦਿਆਂ ਕਿ ਅਸੀਂ ਨਹੀਂ ਸਿੱਖੇ। ਕੁਛ ਦਿਨ ਪਹਿਲੇ ਕਰਨਾਟਕਾ ਦੇ ਅੰਦਰ ਇੱਕ ਸਿੱਖ ਬੰਦੇ ਨੂੰ ਜਿਹੜਾ JCB ਦੀ ਮਸ਼ੀਨ ਚਲਾਉਂਦਾ ਸੀ, ਜਦੋਂ ਖਰਚੇ ਦੇ ਹਿਸਾਬ ਕਿਤਾਬ ਦੀ ਗੱਲ ਕੀਤੀ, ਉਹਦੇ ਉੱਤੇ ਹਮਲਾ ਹੁੰਦਾ, ਉਹਦਾ ਗਾਤਰਾ ਕਿਰਪਾਨ ਉਤਾਰ ਕੇ ਖਿਡੌਣਿਆਂ ਦੀ ਤਰ੍ਹਾਂ ਚੈੱਕ ਕੀਤਾ ਜਾਂਦਾ, ਵੇਲੇ ਚ ਜੋ ਉਹਨੇ ਆਪਣਾ ਕੱਪੜਾ ਬੰਨਿਆ ਸੀ, ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜੇ ਸਰੋਪਾ ਟਾਈਪ ਉਹਨੇ ਪਾਇਆ ਹੋਇਆ ਸੀ, ਉਸਦੇ ਨਾਲ ਉਹ ਵੀ ਧਰੂ ਕੇ ਲਿਜਾਇਆ ਜਾਂਦਾ, ਉਹਨੂੰ ਬੁਰੀ ਤਰ੍ਹਾਂ ਮਾਰਿਆ ਜਾਂਦਾ, ਉਹਨੂੰ ਕੁੱਟਿਆ ਜਾਂਦਾ, ਉਹਦੇ ਕੇਸ ਕਤਲ ਕੀਤੇ ਜਾਂਦੇ ਨੇ, ਪੂਰੇ ਸਰੀਰ ਦੇ ਉੱਤੇ ਜ਼ਖਮ ਹੀ ਜ਼ਖਮ। ਉਸ ਵੀਰ ਅਵਤਾਰ ਸਿੰਘ ਦੀ ਮੈਂ ਗੱਲ ਕਰ ਰਿਹਾ, ਉਹਨੂੰ ਕੁੱਟਿਆ ਜਾਂਦਾ, ਕੀ ਕਿਸੇ ਕਮੇਟੀ, ਕੀ ਹੀ ਜਥੇਦਾਰ, ਕੀ ਕਿਸੇ ਪ੍ਰਧਾਨ, ਕੀ ਕਿਸੇ ਸੌ ਕਾਲ ਖਾਲਿਸਤਾਨ ਦੀ ਗੱਲਾਂ ਕਰਨ ਵਾਲੇ, ਪੰਜਾਬ ਦੀ ਧਰਤੀ ਤੇ ਆਪਣੀ ਰੋਜ਼ੀ ਰੋਟੀ ਚਲਾਉਣ ਵਾਲੇ ਕਿਸੇ XYZ ਬੰਦੇ ਨੇ ਕੋਸ਼ਿਸ਼ ਕੀਤੀ ਕਿ ਕਰਨਾਟਕਾ ਦੀ ਧਰਤੀ ਦੇ ਉੱਤੇ ਜਾ ਕੇ ਸੁਵੀਰ ਦਾ ਹਾਲ ਚਾਲ ਪੁੱਛਿਆ ਜਾਵੇ? ਕੋਈ ਨੀ ਗਿਆ, ਕਿਉਂ? ਸਭ ਨੇ ਆਪਣੀ ਆਪਣੀਆਂ ਰੋਟੀਆਂ ਸਿੱਖਣੀਆਂ ਨੇ, ਸਭ ਨੂੰ ਕੋਸ਼ਿਸ਼ ਚਾਹੀਦੀ ਹੈ, ਬਿਆਨ ਦੇ ਦਿੱਤੇ ਗਏ ਮੀਡੀਆ ਦੇ ਉੱਤੇ, ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਕੀਤਾ ਕਿਸੇ ਨੇ ਕੁਛ ਨਹੀਂ। ਮਾਫ਼ ਕਰੇ, ਜਦ ਘਰ ਦਾ ਕੋਈ ਸ਼ਰਾਬੀ ਹੋ ਜਾਏ ਤੇ ਬੱਚਾ ਸ਼ਰਾਬ ਪੀਵੇ ਤੇ ਬੱਚੇ ਦਾ ਕਸੂਰ ਨਹੀਂ, ਸਾਡੇ ਆਗੂ ਅੱਜ ਕਰਮ ਤੋਂ ਚੁੱਕੇ ਨੇ, ਸਾਡੇ ਆਗੂ ਅੱਜ ਵੀ ਕੰਮ ਦੇ ਚੁੱਕੇ ਨੇ। ਤੁਸੀਂ ਲੀਡਰਾਂ ਦੀ ਗੱਲ ਕਰਦੇ, ਸਾਨੂੰ ਕਿਸੇ ਡਰ ਤੋਂ ਕੋਈ ਉਮੀਦ ਨਹੀਂ ਹੈਗੀ। ਪਿਛਲੇ ਕੁਛ ਦਿਨਾਂ ਦੇ ਅੰਦਰ ਬਿਆਨ, ਮੈਨੂੰ ਕਹਿਣ ਦੀ ਲੋੜ ਨਹੀਂ, ਪੂਰੀ ਦੁਨੀਆਂ ਪੜ੍ਹਦੀ ਹੈ ਕਿ ਸਾਡੇ ਅਕਾਲ ਤਖ਼ਤ ਸਾਹਿਬ ਤੋਂ ਕੀ ਤਿਆਗ ਫਰਮਾਨ ਜਾਰੀ ਹੁੰਦੇ ਨੇ, ਕੀ ਪੋਲੀਟੀਕਲ ਪ੍ਰੈਸ਼ਰ ਉਹਨਾਂ ਦੇ ਉੱਤੇ ਪੈਂਦਾ ਰਹੇ। ਜਿਸ ਕੌਮ ਦਾ ਕੰਟਰੋਲ ਜਥੇਦਾਰ ਸ਼੍ਰੋਮਣੀ ਕਮੇਟੀ ਸਾਡੇ ਲੀਡਰਾਂ ਨੇ ਕਰਨਾ, ਜਦ ਉਹ ਸਿੱਖ ਦੀ ਪੱਗ ਲਿਖਣ ਦੇ ਉੱਤੇ ਕੁੱਟ ਨਹੀਂ ਕਰਦੇ, ਫਿਰ ਆਪਣੀ ਕੁਰਸੀ ਤੇ ਵਜ਼ਾਰਤ ਦੀ ਗੱਲ ਕਰਦੇ ਨੇ, ਤੇ ਉਸ ਕੌਮ ਨੂੰ ਕੌਣ ਬਚਾ ਸਕਦਾ? ਇਸੇ ਕਰਕੇ ਆਮ ਸਿੱਖ ਦੇ ਦਿੱਲੀ ਤੇ ਗੱਲ ਬੈਠ ਚੁੱਕੀ ਹੈ, ਡਰ ਭਾਵ ਬੈਠ ਚੁੱਕਾ ਕਿ ਵੀ ਸਾਡੀ ਪੱਗ ਲੱਸੀ ਤੇ ਸਾਹਮਣੇ ਬਚਾਉਣੀ ਪੈਣੀ ਹੈ, ਸਾਡੇ ਲਈ ਕੋਈ ਜਥੇਦਾਰ ਨਹੀਂ ਆਏਗਾ, ਸਾਡੇ ਲਈ ਕੋਈ ਕਮੇਟੀ ਦਾ ਪ੍ਰਧਾਨ ਨਹੀਂ ਆਏਗਾ। ਇਹੀਓ ਸਭ ਤੋਂ ਵੱਡੀ ਵਜ੍ਹਾ, ਅੱਜ ਥਾਂ ਥਾਂ ਦੇ ਉੱਤੇ ਸਾਡੀਆਂ ਪੱਗਾਂ ਰੁਲਦੀਆਂ ਨੇ, ਸਾਡੀ ਕੇਸਾਂ ਦੀ ਬੇਦਬੀ ਹੋ ਰਹੀ ਹੈ, ਮਗਰ ਕੋਈ ਬੰਦਾ ਚੁੱਕਦਾ ਨਹੀਂ। ਇਸੇ ਕਰਕੇ ਇਹ ਡਰ ਸਿੱਖ ਤੇ ਦਿਮਾਗ ਵਿੱਚ ਗੱਲ ਬਹਿ ਚੁੱਕੀ ਹੈ। ਹਰ ਮਾਂ ਪਿਓ ਆਪਣੇ ਬੱਚੇ ਨੂੰ ਇਹੀ ਕਹਿੰਦਾ, ਪੁੱਤਰ ਤੂੰ ਆਪਣੇ ਘਰ ਤੋਂ ਵੜ ਜਾ, ਤੂੰ ਕੀ ਲੈਣਾ? ਕਿ ਉਹ ਸਮਾਂ ਸੀ ਅੱਜ ਤੋਂ 10 ਸਾਲ, 20 ਸਾਲ, 30 ਸਾਲ, 40 ਸਾਲ ਪਹਿਲੇ, ਗੁਰੂ ਗ੍ਰੰਥ ਸਾਹਿਬ
ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੇਣਾ, ਮੈਨੂੰ ਆਪਣੇ ਫਾਦਰ ਸਾਹਿਬ ਦੀ ਗੱਲ ਯਾਦ ਆ ਗਈ। ਅੱਜ ਤੋਂ ਤਕਰੀਬਨ ਕੋਈ 70 ਜਾਂ 80 ਸਾਲ ਪਹਿਲੇ ਦੀ ਗੱਲ ਕਰ ਰਿਹਾ, 1920 ਜਾਂ 1930 ਦੀ ਗੱਲ, ਲਾਹੌਰ ਜਦੋਂ ਪਾਕਿਸਤਾਨੀ ਬਣਿਆ ਸੀ, ਇੱਕ ਸਿਨੇਮਾ ਹਾਲ ਦੇ ਅੰਦਰ ਜ਼ਿਕਰ ਮੱਕਿਆ ਕਿ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਰੋਲ ਕਿਸੇ ਨੇ ਨਿਭਾਉਣਾ। ਹਾਲੇ ਸ਼ੋ ਨਾਟਕ ਹੋਇਆ ਨੀ, ਨਾਟਕ ਦੇ ਪੋਸਟਰ ਨੀ ਲੱਗੇ, ਨਾਟਕ ਦੀ ਅਨਾਊਂਸਮੈਂਟ ਵੀ ਨੀ ਹੋਈ, ਖਬਰ ਲੀਕ ਹੋ ਗਈ ਕਿ ਫਲਾਣੇ ਫਲਾਣੇ ਸ਼ਹਿਰ ਦੇ ਵਿੱਚ, ਲਾਹੌਰ ਦੀ ਗੱਲ ਹੈ, ਕਿਸੇ ਜਗ੍ਹਾ ਦੇ ਉੱਤੇ ਇੱਕ ਨਾਟਕ ਦਾ ਮੰਚਨ ਹੋਣਾ ਜਿਹਦੇ ਚ ਕੋਈ ਬੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਰੋਲ ਅਦਾ ਕਰੇਗਾ, ਸ਼ਾਇਦ 1930 ਦੇ ਆਸ ਪਾਸ ਦੀ ਗੱਲ ਹੈ, ਮੈਨੂੰ ਐਗਜੈਕਟ ਗੱਲ ਯਾਦ ਨੀ। ਤੇ ਉਸ ਵੇਲੇ ਸਿੱਖਾਂ ਨੇ ਉਸ ਸਿਨੇਮਾ ਹਾਲ ਖੂਬ ਕੱਢਿਆ ਸੀ। ਅੱਜ ਨਾਨਕ ਸ਼ਾਹ ਫਕੀਰ ਹਰ ਚੀਜ਼ ਦੇ ਉੱਤੇ ਸਾਡੀਆਂ ਫਿਲਮਾਂ ਬਣ ਰਹੀਆਂ ਨੇ, ਔਰ ਕਿੰਨੇ ਸ਼ਰਮ ਦੀ ਗੱਲ ਹੈ, ਜਿਹੜਾ ਬੰਦਾ ਨਾਨਕ ਸ਼ਾਹ ਫਕੀਰ ਫਿਲਮ ਵਿੱਚ ਗੁਰੂ ਨਾਨਕ ਸਾਹਿਬ ਦਾ ਰੋਲ ਕਰਦਾ, ਉਹ ਆਪਣੀ ਫੇਸਬੁੱਕ ਆਈਡੀ ਦੇ ਉੱਤੇ ਉਹੀ ਗੁਰੂ ਨਾਨਕ ਸਾਹਿਬ ਵਾਲੀ ਨੱਕੀ ਦਾੜੀ ਜੋ ਉਹਨੇ ਫਿਲਮ ਵਿੱਚ ਵਰਤੀ ਉਹ ਪਾ ਕੇ ਦਿਖਾਉਂਦਾ, ਔਰ ਮਜ਼ਾਕ ਕਰਦਾ, ਦੇਖੋ ਮੈਂ ਕਿਹੋ ਜਿਹਾ ਬਾਬਾ ਲੱਗ ਰਿਹਾ। ਅੱਜ ਸਾਡੇ ਸਿੱਖਾਂ ਦਾ ਇੰਨਾ ਮਾੜਾ ਹਾਲ ਹੋ ਗਿਆ, ਕਿਆ ਸਾਡੇ ਗੁਰੂਆਂ ਦੀ ਨਕਲ ਹੋ ਰਹੀ ਹੈ? ਆਉਣ ਵਾਲੇ ਸਮੇਂ ਦੇ ਅੰਦਰ ਰੱਬ ਨਾ ਕਰੇ ਜੇ ਮੈਂ ਬਲਕਿ ਗੁਰੂ ਅਰਦਾਸ ਕਰਾਂਗਾ, ਮੇਰੇ ਨਾਲ ਝੂਠੇ ਹੋਣ, ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੀ ਧਰਤੀ ਦੇ ਉੱਤੇ ਜਿਵੇਂ ਰਾਮਲੀਲਾ ਹੁੰਦੀ ਹੈ, ਉਹਦੇ ਗੁਰੂ ਸਾਹਿਬ ਔਰ ਉਹਨਾਂ ਦੇ ਬੱਚੇ ਦੀਆਂ ਇਹ ਇੰਜੇ ਨਕਲੀਆਂ ਦਾੜੀਆਂ ਲਾ ਕੇ ਖਿਡਾਉਣਗੇ, ਔਰ ਅਸੀਂ ਵੇਖ ਕੇ ਉਹਨਾਂ ਦੀ ਸਿਰਫ ਵੀਡੀਓ ਫੇਸਬੁੱਕ ਉੱਤੇ ਸ਼ੇਅਰ ਕਰਦੇ ਰਹਿ ਜਾਵਾਂਗੇ। ਕਿੰਨੀ ਜ਼ਿਆਦਾ ਸਾਡੀ ਸਿੱਖੀ ਜਿਹੜਾ ਅਸੀਂ ਗਰਮ ਖੂਨ ਕਹਿੰਦੇ ਹਾਂ, ਬਹਾਦਰੀ ਦਾ ਖੂਨ ਕਹਿੰਦੇ ਹਾਂ, ਅੱਜ ਉਹਦੇ ਅੰਦਰ ਦਲਾਲਤ ਜ਼ਿਲਤ ਔਰ ਡਰ ਦਾ ਭਾਵ ਇੰਨਾ ਜ਼ਿਆਦਾ ਪਾਸਾ ਹੈ ਕਿ ਆਪਣੇ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਲਈ ਬੇਦਬੀ ਦੇ ਲਈ ਵੀ ਅੱਜ ਸੌ ਬੰਦੇ ਕਰਦੇ ਹਾਂ। ਜਸਵਿੰਦਰ ਸਿੰਘ ਜੀ, ਇੱਕ ਹੋਰ ਸਵਾਲ ਇਹ ਉੱਠਦਾ ਆ ਕਿ ਜੇ ਆਪਾਂ 34 ਵਰਿਆਂ ਦੀ ਗੱਲ ਕਰਦੇ ਹਾਂ, 1983 ਦੀ ਗੱਲ ਕਰਦੇ ਹਾਂ, ਅੱਜ ਦੀ ਗੱਲ ਕਰਦੇ ਹਾਂ, ਤੁਹਾਨੂੰ ਮੈਂ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ 34 ਵਰਿਆਂ ਦੇ ਵਿੱਚ ਜੋ ਜਰਨੈਲ ਸਿੰਘ ਜੀ ਨੇ ਉਦੋਂ ਦੇ ਹਾਲਾਤਾਂ ਨੂੰ, ਉਦੋਂ ਦੇ ਮੁੱਦਿਆਂ ਨੂੰ ਚੁੱਕਿਆ, ਇਹਨਾਂ 34 ਵਰਿਆਂ ਦੇ ਵਿੱਚ ਕੀ ਵਰਕ ਹੋਣਾ ਚਾਹੀਦਾ ਸੀਗਾ ਜੋ ਨਹੀਂ ਕਰ ਪਾਏ? ਬਿਲਕੁਲ ਜੀ, ਇਸ ਚੀਜ਼ ਦੇ ਉੱਤੇ ਮੈਂ ਕਹਾਂਗਾ, ਜਿਵੇਂ ਸਾਡੀ ਪਟਿਆਲਾ ਯੂਨੀਵਰਸਿਟੀ ਹੈਗੀ, ਉਹਦੇ ਉੱਤੇ ਬਕਾਇਦਾ ਪੂਰਾ ਐਨਾਲਾਈਜ਼ ਕੀਤਾ ਜਾਂਦਾ, ਖੋਜ ਕੀਤੀ ਜਾਂਦੀ ਕਿ ਸਾਡੇ ਤੇ ਹਮਲਾ ਕਿਉਂ ਹੋਇਆ। ਜਿਵੇਂ ਜੂਸ਼ ਜਿਨ੍ਹਾਂ ਨੂੰ ਬੜੇ ਫਕਰ ਦੇ ਨਾਲ ਸਾਡੇ ਖੁੱਤੀ ਲੀਡਰ ਵਾਰ ਵਾਰ ਜੋੜਦੇ ਨੇ ਯਹੂਦੀਆਂ ਦੇ ਨਾਲ, ਉਹਨਾਂ ਦੀ ਤਰ੍ਹਾਂ ਇੱਕ ਸੈਪਰੇਟ ਗਰੁੱਪ ਬਣਦਾ ਜਿਹੜਾ ਪੂਰੀ ਰਿਸਰਚ ਕਰਦਾ ਕਿ ਦਰਬਾਰ ਸਾਹਿਬ ਹਮਲੇ ਦੇ ਦੋਸ਼ੀ ਕੌਣ ਸਨ, ਉਹਨਾਂ ਦੀ ਰਿਸਰਚ ਹੁੰਦੀ, ਉਹਨਾਂ ਦੇ ਨਾਮ ਕੌਮ ਦੇ ਅੱਗੇ ਲਿਆਏ ਜਾਂਦੇ ਕਿ ਕੌਮ ਦੇ ਗੁਨੇਗਾਰ ਐ ਨੇ, ਬਥੇਰੇ ਨਾਮ ਨੇ, ਮੈਂ ਨਾਮ ਨੀ ਲੈਣਾ ਚਾਹੁੰਦਾ, ਸਾਰੀ ਕੌਮ ਕਰਦੀ ਹੈ ਕਿ ਹੱਥ ਖੜੇ ਕਰਕੇ ਕਿਹੜੇ ਲੀਡਰ ਦਰਬਾਰ ਸਾਹਿਬ ਦੇ ਹਮਲੇ ਵੇਲੇ ਬਾਹਰ ਆਏ ਸਨ, ਇਹਨਾਂ ਨੇ ਚਿੱਠੀਆਂ ਲਿਖੀਆਂ ਸਨ ਦਿੱਲੀ ਨੂੰ ਕਿ ਭਿੰਡਰਾਂਵਾਲਾ ਸਾਡੀਆਂ ਕੁਰਸੀਆਂ ਬਰਬਾਦ ਕਰ ਦੇਗਾ, ਤੁਸੀਂ ਇਹਨੂੰ ਮਾਰੋ, ਤਾਂ ਸਾਰੀ ਕੌਮ ਜਾਣਦੀ ਹੈ, ਮੈਂ ਕਿਸੇ ਦਾ ਨਾਮ ਲੈਣ ਦੀ ਜ਼ਿਕਰ ਹੀ ਨਹੀਂ। ਇਹੀ ਕਾਤਲਾਂ ਨੂੰ ਕੌਮ ਦੇ ਗੱਦਾਰਾਂ ਦਾ ਨਾਮ ਲੈ ਕੇ ਉਹਨਾਂ ਨੂੰ ਸਾਹਮਣੇ ਲੈਣਾ ਚਾਹੀਦਾ ਸੀ, ਕਿਸੇ ਦੀ ਜ਼ਰੂਰਤ ਨਹੀਂ ਪਈ। ਆਪਣੀ ਜਨਰੇਸ਼ਨ ਨੂੰ ਘੱਟ ਤੋਂ ਘੱਟ ਮੈਂ ਕਹਿੰਦਾ ਸਰਕਾਰੀ ਲੈਵਲ ਤੇ ਨਹੀਂ, ਗੁਰਦੁਆਰਿਆਂ ਦੇ ਲੈਵਲ ਦੇ ਉੱਤੇ, ਸਾਫ਼ ਕਰਨਾ, ਗੁਰਦੁਆਰੇ ਦੀ ਹੱਦ ਦੇ ਅੰਦਰ ਕੋਈ ਕਾਨੂੰਨ, ਕੋਈ ਸਰਕਾਰ, ਕੋਈ ਪੁਲਿਸ ਦਾ ਕੰਟਰੋਲ ਨਹੀਂ। ਅਸੀਂ ਆਪਣੇ ਗੁਰੂ ਘਰ ਦੀਆਂ ਸਟੇਜਾਂ ਦੇ ਉੱਤੇ ਕੀਰਤਨੀਆਂ ਨੂੰ ਔਰ ਕਥਾਕਾਰਾਂ ਦੇ ਥਰੂ ਰੋਜ਼ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਪਿੰਡ ਤੇ ਹੰਡਾਏ ਔਰ ਜ਼ਖਮ ਦੀ ਦਾਸਤਾਨ ਦੱਸ ਸਕਦੇ ਸੀ, ਆਡੀਓ ਔਰ ਵਿਜ਼ੂਅਲ ਦੇ ਨਾਲ ਵੀ ਔਰ ਜ਼ਬਾਨ ਦੇ ਰਾਹੀਂ ਵੀ। ਮਗਰ ਅਫਸੋਸ, ਅੱਜ ਉੱਥੇ ਕੱਚੀ ਬਾਣੀਆਂ ਦੀ ਗੱਲ ਹੁੰਦੀ ਹੈ, ਫਿਲਮ ਦੀ ਟਿਊਨਾਂ ਦੇ ਉੱਤੇ ਬਣੇ ਹੋਏ ਅਫਸੋਸੀ ਗਾਣੇ ਚੱਲਦੇ ਨੇ। ਅਗਰ ਤੁਸੀਂ ਕਿਸੇ ਗੁਰਦੁਆਰੇ ਦੇ ਅੰਦਰ, ਮੈਂ ਘੱਟ ਘੱਟ ਆਪਣੀ ਹੱਡ ਬੀਤੀ ਦੱਸ ਰਿਹਾ, ਕਿੰਨੇ ਇਸ਼ੂ ਨੂੰ ਕਵਰ ਕਰਨ ਜਾਂਦਾ, ਜਦੋਂ ਵੀ ਕੋਈ ਸਿੱਖ ਯੂਥ ਜਿਹੜਾ ਅੰਮ੍ਰਿਤਧਾਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਲਈ ਗੱਲ ਕਰਦਾ ਹੈ, ਤੇ ਕੋਈ ਗੁਰਦੁਆਰਾ ਕਮੇਟੀ, ਮੈਨੂੰ ਕਹਿਣੀ ਕੋਈ ਗੁਰੇਜ ਨਹੀਂ, ਚਾਹੇ ਦਿੱਲੀ ਕਮੇਟੀ ਹੈ, ਚਾਹੇ ਸ਼੍ਰੋਮਣੀ ਕਮੇਟੀ ਹੈ, ਜਾਂ ਗੁਰਦੁਆਰਾ ਸਿੰਘ ਸਭਾ ਦੇ ਗੁਰਦੁਆਰੇ ਨੇ, ਉਹਨਾਂ ਨੂੰ ਸਟੇਜ ਉੱਤੇ ਬੋਲਣ ਦਾ ਮੌਕਾ ਨਹੀਂ ਦਿੰਦੇ, ਪੁਲਿਸ ਨੂੰ ਬੁਲਾ ਲੈਂਦੇ ਨੇ ਕਿ ਇਹ ਮੁੰਡੇ ਜੀ ਮਾਹੌਲ ਖਰਾਬ ਕਰ ਰਹੇ ਨੇ। ਦੂਜੀ ਗੱਲ ਮੈਂ ਤੁਹਾਨੂੰ ਬੜਾ ਵਧੀਆ ਐਗਜ਼ਾਮਪਲ ਦਿੰਦਾ, ਦਿੱਲੀ ਦੇ ਅੰਦਰ ਪੰਜਾਬ ਦੇ ਮੈਂ ਐਗਜ਼ਾਮਪਲ ਤੌਰ ਤੇ ਮੈਂ ਦੱਸ ਸਕਦਾ ਹੈਗਾ, ਆਉਣ ਵਾਲੇ ਟਾਈਮ ਵਿੱਚ ਮੈਂ ਸੰਗਤਾਂ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਾ ਸਕਦਾ ਕਿ ਤੁਸੀਂ ਅਗਰ ਜਨਰੇਸ਼ਨ, ਮੈਂ ਸਾਰੇ ਗੁਰਦੁਆਰਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਆਵੀ ਗੱਲ ਕਰਦੇ ਹਾਂ, ਅਗਰ ਕੋਈ ਨੌਜਵਾਨ ਕੋਈ ਉਪਰਾਲਾ ਕਰਦਾ ਆਪਣੇ ਗੁਰਦੁਆਰੇ ਦੇ ਅੰਦਰ ਕਿ ਸਾਨੂੰ ਇੱਥੇ ਗੱਤਕਾ ਸਿਖਾਇਆ ਜਾਏ, ਤੇ ਗੁਰਦੁਆਰੇ ਵਾਲੇ ਕਹਿੰਦੇ ਨੇ ਜੀ ਅਸੀਂ ਤੁਹਾਨੂੰ ਗੱਤਕਾ ਨਹੀਂ ਸਿਖਾ ਸਕਦੇ, ਇੱਥੇ ਦਾ ਮਾਹੌਲ ਖਰਾਬ ਹੋ ਜਾਏਗਾ। ਇਹ ਹਾਲਤ ਹੋ ਗਈ ਹੈ ਸਾਡੇ ਗੁਰੂ ਘਰਾਂ ਦੀ, ਅਸੀਂ ਆਪਣੇ ਗੁਰੂ ਘਰ ਦੀ ਚਾਰ ਦੀਵਾਰੀ ਦੇ ਅੰਦਰ ਅਸੀਂ ਗੱਤਕਾ ਨਹੀਂ ਕਰ ਸਕਦੇ, ਕਿਉਂ? ਗੁਰਦੁਆਰੇ ਦੇ ਪ੍ਰਧਾਨ ਦੀ ਜਿਹੜੀ ਪ੍ਰਧਾਨਗੀ ਹੈ ਉਹ ਡੋਲਦੀ ਹੈ, ਕਿਉਂਕਿ ਉਹਦੇ ਉੱਤੇ ਪੁਲਿਸ ਦਾ ਦਬਾਅ ਪੈਂਦਾ, ਉਹਦੇ ਉੱਤੇ ਇਸ ਗੱਲ ਦਾ ਪੈਂਦਾ ਕਿ ਜਿਹੜੇ ਹਿੰਦੂ ਆਉਂਦੇ ਨੇ ਸਾਡੇ ਗੁਰੂ ਘਰ ਵਿੱਚ ਉਹ ਡਰ ਜਾਣਗੇ ਜਾਂ ਉਹ ਖਿਲਾਫ਼ ਹੋ ਜਾਣਗੇ। ਜਦ ਮਾਫ਼ ਕਰਨਾ, ਸਾਡੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਸਾਡੀ ਦਾਤ ਜਿਹੜੀ ਗੱਤਕਾ, ਗੁਰੂ ਸਾਹਿਬ ਦਾ ਹੁਕਮ ਸੀ ਕਿ ਹਰ ਸਿੱਖ ਨੂੰ ਛੱਤਰ ਚਲਾਉਣੇ ਆ ਰਹੇ ਸੀ, ਗੱਤਕੇ ਦੇ ਅੰਦਰ ਤਾਂ ਹਲੇ ਛੱਤਰ ਚਲਾਉਣ ਦੀ ਗੱਲ ਵੀ ਨਹੀਂ, ਦਾਨ ਸੋਟੀ ਸਿਖਾਈ ਜਾਂਦੀ ਹੈਗੀ ਹੈ,
ਜਿਹੜਾ ਸਾਡਾ ਟ੍ਰੈਡੀਸ਼ਨਲ ਆਰਟ ਹੀ ਹੈਗਾ ਉਹ ਸਿੱਖਾਂ ਨੂੰ ਜਦੋਂ ਸਾਡਾ ਗੁਰਦੁਆਰੇ ਇਨਕਾਰ ਕਰ ਦੇਣ ਤੇ ਸਾਨੂੰ ਸੋਚ ਲੈਣਾ ਚਾਹੀਦਾ ਕਿ ਕਿਸ ਸੋਚ ਦੇ ਬੰਦਿਆਂ ਦਾ ਕੰਟਰੋਲ ਸਾਡੇ ਗੁਰੂ ਘਰਾਂ ਦੇ ਉੱਤੇ ਆ ਗਿਆ ਹੈਗਾ। ਇਹ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਜ਼ਰੂਰੀ ਸੀ ਪਿਛਲੇ 34 ਸਾਲਾਂ ਦੇ ਅੰਦਰ ਹਰ ਗੁਰੂ ਘਰ ਦੇ ਅੰਦਰ ਹੁੰਦੀਆਂ। ਅਸੀਂ ਆਪਣਾ ਇਤਿਹਾਸ ਸਾਂਭਦੇ ਹਰ ਗੁਰਦੁਆਰਾ ਸਾਹਿਬ ਉਹ ਚਾਹੇ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਉਹਦੇ ਅੰਦਰ ਇੱਕ ਲਾਇਬ੍ਰੇਰੀ ਬਣਾਈ ਜਾਂਦੀ ਜਿਵੇਂ ਯਹੂਦੀ ਕਰਦੇ ਨੇ ਉਹਨਾਂ ਨੇ ਆਪਣੇ ਪਿੰਡੇ ਤੇ ਹਰ ਜ਼ੁਲਮ ਦਾ ਇਤਿਹਾਸ ਸਾਂਭ ਕੇ ਰੱਖਿਆ ਪੂਰੇ ਵਰਲਡ ਦੀ ਅਖਬਾਰਾਂ ਚ ਜੋ ਜੋ ਘਟਨਾ ਉਹਨਾਂ ਦੇ ਬਾਰੇ ਵਾਪਰੀ ਇੱਕ ਇੱਕ ਅਖਬਾਰ ਦੀ ਕਾਪੀ ਉਹਨਾਂ ਦੇ ਕੋਲ ਪਈ ਹੈ ਜੋ ਕਿਤਾਬਾਂ ਲਿਖੀਆਂ ਗਈਆਂ ਦੁਨੀਆਂ ਦੇ ਵੱਲੋਂ ਕਿਤਾਬਾਂ ਤੱਕ ਸਾਂਭ ਕੇ ਰੱਖੀਆਂ ਜਿਹੜੀ ਬਿਲਡਿੰਗ ਆ ਜਿਹੜੇ ਸਟੇਡੀਅਮ ਜੋ ਉਸ ਵੇਲੇ ਉਹਨਾਂ ਦੀ ਘੱਲੂ ਪਾਰੇ ਕਹਿ ਸਕਦੇ ਉਹਨਾਂ ਉੱਤੇ ਹੋਏ ਜ਼ੁਲਮ ਦੇ ਇਮਾਰਤਾਂ ਸਨ ਉਹਨਾਂ ਨੇ ਉਹਨਾਂ ਨੂੰ ਸੰਜੋ ਕੇ ਅੱਜ ਤੱਕ ਰੱਖਿਆ ਪੂਰੀ ਦੁਨੀਆਂ ਦੇਖਣ ਜਾਂਦੀ ਹੈ। ਮਗਰ ਅਸੀਂ ਆਪਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਰ ਅੱਜ ਨਿਸ਼ਾਨ ਲੱਭਣ ਪਈਏ ਤੇ ਸਾਨੂੰ ਇੱਕ ਬੋਲੀ ਤੇ ਇੱਕ ਚੋਟ ਦਾ ਨਿਸ਼ਾਨ ਨਹੀਂ ਲੱਭਦਾ। ਸਾਡੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਿੱਖਾਂ ਸੰਗਤ ਦਾ ਮਰ ਲਾ ਲਾ ਕੇ ਸਾਡਾ ਇਤਿਹਾਸ ਖਤਮ ਕਰਤਾ। ਜ਼ਰੂਰੀ ਹੁੰਦਾ 34 ਸਾਲਾਂ ਤੇ ਕਾਰ ਸੇਵਾ ਵਾਲਿਆਂ ਨੂੰ ਪੈਸਾ ਰੈਸਟੋਰ ਕਰਨ ਦੇ ਲਈ ਕਿੰਨੇ ਉਲੀਕਿਆ ਇਹਦੇ ਉੱਤੇ ਇਨਕੁਆਇਰੀ ਹੁੰਦੀ ਸ਼ਾਇਦ ਉਹ ਕੰਮ ਸਾਡੇ ਕੰਮ ਨੂੰ ਕਰਨਾ ਚਾਹੀਦਾ ਸੀ। ਮਗਰ ਅੱਜ ਉਹ ਇਨਕੁਆਇਰੀਆਂ ਤੇ ਛੱਡੋ। ਅੱਜ ਰੋਜ਼ ਸਾਡੀਆਂ ਪੱਗਾਂ ਲੈ ਰਹੀਆਂ ਨੇ, ਰੋਜ਼ ਸਾਡੀਆਂ ਦਾੜੀਆਂ ਪੁੱਟੀਆਂ ਜਾ ਰਹੀਆਂ ਨੇ। ਅੱਜ ਤੋਂ 4-5 ਦਿਨ ਪਹਿਲੇ ਦਿੱਲੀ ਦੇ ਅੰਦਰ ਪਹਾੜਗੰਜ ਏਰੀਏ ਦੇ ਅੰਦਰ ਇੱਕ ਪਰਿਵਾਰ ਦਾ ਕੋਈ ਮਸਲਾ ਸੀ, ਉਹਦੇ ਬੱਚਿਆਂ ਨੂੰ ਕੇਸਾਂ ਤੋਂ ਘਸੀਟ ਕੇ ਲਿਜਾਇਆ ਗਿਆ ਥਾਣੇ ਦੇ ਅੰਦਰ। ਦੁਨੀਆਂ ਨੇ ਤਮਾਸ਼ਾ ਦੇਖਿਆ। ਅੱਜ ਚਾਹੇ ਸਾਡੇ ਵੈਰੀ ਨੇ, ਚਾਹੇ ਅਪੋਜਿਟ ਪਾਰਟੀ ਦੇ ਪੋਲੀਟੀਸ਼ੀਅਨ ਲੀਡਰ ਨੇ, ਉਹ ਚਾਹੇ ਕਾਂਗਰਸ ਦੀ ਹੈ ਜਾਂ ਬੀਜੇਪੀ ਦਾ ਤੇ ਤੀਜਾ ਸਿੱਖ ਦਾ ਜਿਹੜਾ ਵਿਰੋਧੀ ਹੈ, ਅੱਜ ਉਹ ਸਿੱਧਾ ਪਹਿਲਾ ਹਮਲਾ ਪੱਗ ਦੇ ਉੱਤੇ ਕਰਦਾ, ਸਿੱਧਾ ਦਾੜੀ ਪੁੱਟਦਾ, ਕਿਉਂਕਿ ਉਹਨੂੰ ਪਤਾ ਪੁਲਿਸ ਵੀ ਸਾਡੀ ਹੈ, ਰਾਜ ਵੀ ਸਾਡਾ, ਔਰ ਸਭ ਤੋਂ ਵੱਡੀ ਗੱਲ ਸਿੱਖਾਂ ਦਾ ਜਿਹੜਾ ਵੀ ਲੀਡਰ ਸਾਡੇ ਕੋਲ ਆਏਗਾ ਉਹ ਪਹਿਲੀ ਸਾਡੀ ਜੁੱਤੀ ਥੱਲੇ ਦੱਬਿਆ ਹੈਗਾ, ਉਹ ਮੀਡੀਆ ਤੇ ਸਟੇਟਮੈਂਟਾਂ ਦੇਵੇਗਾ ਆਪਣੇ ਸਿੱਖਾਂ ਦੀਆਂ, ਅੰਦਰ ਸਾਡੀ ਹੀ ਜੁੱਤੀ ਨੂੰ ਪੈਰੀ ਹੱਥ ਲਾ ਕੇ ਜਾਏਗਾ। ਸਾਡੇ ਦੇਸ਼ ਦਾ ਮਾਹੌਲ ਬਣ ਜਸਵਿੰਦਰ ਸਿੰਘ ਜੀ ਇੱਕ ਹੋਰ ਸਵਾਲ ਆ, ਉਸ ਤੋਂ ਬਾਅਦ ਆਪਾਂ ਸ਼ਿਲੋਂਗ ਦੇ ਮਸਲੇ ਤੇ ਜਾਵਾਂਗੇ। ਸਵਾਲ ਮੇਰਾ ਇਹ ਹੈ ਕਿ 83 ਤੋਂ ਬਾਅਦ ਦੀ ਜੋ ਪੱਤਰਕਾਰੀ ਰਹੀ ਹੈ, ਸਿੱਖ ਪੱਤਰਕਾਰੀ ਰਹੀ ਹੈ ਜਾਂ ਪੰਜਾਬ ਦੀ ਪੱਤਰਕਾਰੀ ਰਹੀ ਹੈ, ਉਸ ਦੀ ਭੂਮਿਕਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਤੁਸੀਂ ਕਈ ਚੈਨਲਾਂ ਦੇ ਨਾਲ ਕੰਮ ਕੀਤਾ ਆ, ਤੁਸੀਂ ਮੀਡੀਆ ਲਾਈਨ ਦੇ ਨਾਲ ਜੁੜੇ ਹੋਏ ਹੋ, ਇਸ ਦੀ ਭੂਮਿਕਾ ਨੂੰ ਤੁਸੀਂ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ ਕਿ ਪੰਜਾਬ ਦੇ ਜੋ ਹਾਲਾਤ ਆ, ਸਿੱਖੀ ਦੇ ਜੋ ਹਾਲਾਤ ਆ, ਉਸ ਤਰ੍ਹਾਂ ਲੋਕਾਂ ਦੇ ਵਿੱਚ ਨਹੀਂ ਰੱਖ ਸਕੀ? ਦੇਖੋ, ਅਗਰ ਮੈਂ ਪੱਤਰਕਾਰਿਤਾ ਦੀ ਗੱਲ ਕਰਾਂ ਤੇ ਬਹੁਤ ਬਹੁਤ ਵੱਡਾ ਸਵਾਲ ਤੁਸੀਂ ਪੁੱਛ ਲਿਆ। ਮੈਂ ਆਪਣੇ ਆਪ ਨੂੰ ਕਾਬਿਲ ਹੀ ਨਹੀਂ ਮੰਨਦਾ ਕਿ ਮੈਂ ਪੰਜਾਬ ਦੀ ਪੱਤਰਕਾਰਿਤਾ ਦੇ ਉੱਤੇ ਕੋਈ ਕਿੰਤੂ ਪਰੰਤੂ ਜਾਂ ਉਹਨੂੰ ਮੈਂ ਆਪਣੇ ਨਜ਼ਰੀਏ ਨਾਲ ਸੰਘਾਲਾਂ। ਮਗਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਸਾਡੀ ਪੱਤਰਕਾਰਿਤਾ ਦੇ ਵਿਚਕਾਰ ਵੀ ਝੋਲੀ ਚੁੱਕ ਤਵਾਇਫਾਂ ਹੈਗੀਆਂ ਨੇ। ਤਵਾਇਫ ਉਹ ਹੁੰਦੀ ਹੈ ਜੋ ਆਪਣਾ ਸਰੀਰ ਵੇਚਦੀ ਹੈ, ਤੇ ਪੱਤਰਕਾਰਿਤਾ ਦੇ ਅੰਦਰ ਜੋ ਸੱਚ ਵੇਚ ਦਿੰਦਾ ਮੈਂ ਉਹਨੂੰ ਪੱਤਰਕਾਰਿਤਾ ਦੀ ਤਵਾਇਫ ਦੇ ਲਫ਼ਜ਼ ਤੋਂ ਨਵਾਜ਼ਦਾ। ਉਹ ਵੀ ਸਾਡੇ ਪੰਜਾਬੀ ਮੀਡੀਆ ਚ ਹੈਗੀਆਂ ਨੇ, ਮਗਰ ਮੈਂ ਬਥੇਰਿਆਂ ਨੂੰ ਦੇਖਿਆ ਜਿਹੜੇ ਸੱਚ ਦੀ ਆਵਾਜ਼ ਦੇ ਲਈ ਮੀਡੀਆ ਪਲੇਟਫਾਰਮ ਲੱਭਦੇ ਨੇ, ਆਵਾਜ਼ ਵੀ ਚੁੱਕਦੇ ਨੇ, ਮਗਰ ਉਹਨਾਂ ਦੇ ਉੱਤੇ ਲੋਕਲ ਪੁਲਿਸ ਦਾ ਦਬਾਅ ਰਹਿੰਦਾ, ਲੋਕਲ ਲੀਡਰ ਦਾ ਦਬਾਅ ਰਹਿੰਦਾ। ਜਿਹੜੇ ਚੈਨਲ ਜਿਹੜੀ ਮੀਡੀਆ ਗਰੁੱਪ ਚਾਹੇ ਅਖਬਾਰਾਂ ਹੀ ਕਿਉਂ ਨਾ ਹੋਣ, ਉਹਨਾਂ ਦੇ ਮਾਲਕਾਂ ਦਾ ਪ੍ਰੈਸ਼ਰ ਵੀ ਰਹਿੰਦਾ ਹੈਗਾ। ਕਿੱਥੇ ਨਾ ਕਿੱਥੇ ਪੰਜਾਬ ਦੀ ਪੱਤਰਕਾਰਤਾ, ਘੱਟ ਘੱਟ ਮੈਂ ਅਜੋਕੇ ਅੱਜ ਦੇ ਸਮਾਂ ਦੀ ਗੱਲ ਕਰਾਂ, ਮੈਂ 50% 50% ਪੱਤਰਕਾਰਤਾ ਨੂੰ ਕਵਾਂਗਾ ਜੋ ਪੰਜਾਬ ਦੇ ਦਰਦ ਨੂੰ ਦਿਖਾਉਣਾ ਚਾਹੁੰਦੀ ਹੈ ਮਗਰ ਉਹਨੂੰ ਮੌਕਾ ਨਹੀਂ ਦਿੱਤਾ ਜਾਂਦਾ, ਔਰ ਬਾਕੀ 50% ਜਿਹੜਾ ਸਾਡਾ ਪੱਤਰਕਾਰਤਾ ਹੈਗੀ ਹੈ ਉਹ ਜਾਂ ਫਿਰ ਵਿੱਤੀ ਹੋਈ ਤਵਾਇਫ ਹੈ ਜਾਂ ਕਿਸੇ ਨਾ ਕਿਸੇ ਪੈਸੇ ਜਾਂ ਪੋਲੀਟੀਕਲ ਪ੍ਰੈਸ਼ਰ ਦੇ ਥੱਲੇ ਦੱਬ ਕੇ ਸੱਚ ਨੂੰ ਦਬਾ ਦਿੰਦੇ ਹੈਗੇ ਨੇ। ਅਗਰ ਇਮਾਨਦਾਰੀ ਦੇ ਨਾਲ ਉਹਨਾਂ ਨੂੰ ਸਪੋਰਟ ਮਿਲੇ, ਕੋਈ ਐਸਾ ਪਲੇਟਫਾਰਮ ਮਿਲੇ ਜਿਹਦੇ ਚ ਮੈਂ ਕਹਾਂਗੇ ਸੱਚ ਦਿਖਾਉਣ ਦੀ ਗੁਰੇਜ਼ ਕਰਨ, ਬਥੇਰੇ ਨਾਮ ਹੈਗੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ, ਸਾਰੇ ਜਾਣੂ ਨੇ, ਕਿਉਂਕਿ ਇੱਕ ਦੀ ਤਾਰੀਫ ਕਰਾਂ ਤੇ ਦੂਜਿਆਂ ਨੇ ਮਹਿਸੂਸ ਕਰ ਦੇਣਾ ਕਿ ਜਸਵਿੰਦਰ ਨੇ ਇੱਕ ਦਾ ਨਾਮ ਲਿੱਤਾ ਦੂਜਿਆਂ ਨੇ। ਮਗਰ ਮੈਂ ਸਾਰਿਆਂ ਨੂੰ ਕਵਾਂ, ਕਿਉਂਕਿ ਸਾਡੇ ਸਾਰੇ ਭਰਾ ਨੇ, ਮੈਂ ਅਗਰ ਮੈਂ ਗੱਲ ਕਰਾਂ, ਹਾਂ ਇੱਕ ਦੋ ਨਾਮ ਮੈਂ ਜ਼ਰੂਰ ਕਵਾਂਗਾ, ਕਪਲਪ੍ਰੀਤ ਸਿੰਘ ਹੈਗੇ ਨੇ, ਸੁਰਿੰਦਰ ਸਿੰਘ ਹੈਗੇ ਨੇ, ਇਹ ਜੇ ਬਥੇਰੇ ਨਾਮ ਨੇ ਜਿਹੜੇ ਦਿਲੋਂ ਸੱਚ ਦੀ ਆਵਾਜ਼ ਚੁੱਕ ਰਹੇ ਨੇ, ਚਾਹੇ ਉਹਨਾਂ ਕੋਲ ਪਲੇਟਫਾਰਮ ਹੈ ਜਾਂ ਨਹੀਂ ਹੈ, ਮਗਰ ਹਮੇਸ਼ਾ ਸਰਕਾਰਾਂ ਦਾ ਕੰਟਰੋਲ ਮੀਡੀਆ ਦੇ ਉੱਤੇ ਰਿਹਾ, ਪਹਿਲੇ ਵੀ ਸੀ, ਅੱਜ ਵੀ ਹੈ, ਆਉਣ ਵਾਲੇ ਸਮਾਂ ਚ ਵੀ ਰਹੇਗਾ, ਮਗਰ ਗਿਣੇ ਚੁਣੇ ਚਿਹਰੇ ਹੀ ਨੇ ਜਿਹੜੇ ਸੱਚ ਦੀ ਗੱਲ ਕਰਦੇ ਨੇ ਬਿਨਾਂ ਸਰਕਾਰਾਂ ਤੋਂ ਡਰੇ, ਬਿਨਾਂ ਪੁਲਿਸ ਤੋਂ ਡਰੇ, ਬਿਨਾਂ ਹਾਕਮ ਤੋਂ ਡਰੇ, ਕਿਉਂਕਿ ਉਹਨਾਂ ਨੇ ਸ਼ਾਇਦ ਕਿਸੇ ਨਾ ਕਿਸੇ ਗੱਲ ਦਾ ਅਹਿਸਾਸ ਰੱਖਿਆ ਕਿ ਜਿਸ ਦਿਨ ਅਸੀਂ ਮਰਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਚਿਹਰਾ ਦਿਖਾਉਣਾ ਹੈ, ਅਸੀਂ ਸੱਚ ਦਾ ਸਾਥ ਦਿੱਤਾ, ਚਾਹੇ ਅਸੀਂ ਜ਼ੁਲਮ ਸਹੇ, ਚਾਹੇ ਸਾਡੀਆਂ ਖ਼ਬਰਾਂ ਪੂਰੀਆਂ ਨਹੀਂ ਲੱਗੀਆਂ, ਮਗਰ ਅਸੀਂ ਗੁਰੂ ਦੇ ਹੱਕ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਲਈ, ਆਪਣੀ ਕੌਮ ਦੇ ਲਈ, ਪੰਜਾਬੀਅਤ ਦੀ ਆਵਾਜ਼ ਚੁੱਕੀ,
ਬਥੇਰੇ ਉਹਨਾਂ ਚ ਅਮਰਧਾਰੀ ਸਾਬਤ ਪੁਰਖ ਨੇ, ਬਥੇਰੇ ਪਤਿਤ ਵੀ ਨੇ, ਮਗਰ ਸ਼ਾਇਦ ਕੁਛ ਸਾਡੇ ਪਤਿਤ ਵੀ ਰਾਜੀ ਵੀ ਏਟੀ ਕੇ ਇਹਦੀ ਸੇਵਾ ਕਰ ਰਹੇ ਨੇ। ਮਾਫ਼ ਕਰਨਾ, ਜਿਹੜੇ ਵੱਡੇ ਵੱਡੇ ਗੱਪ ਵਾਲੇ ਸਾਡੇ ਜਥੇਦਾਰ ਨੇ ਜਿਹਨਾਂ ਨੇ ਕੋਮਾਂ ਵੇਚ ਦਿੱਤੀਆਂ, ਉਹਨਾਂ ਤੋਂ ਵਧੀਆ ਕੰਮ ਸਾਡੇ ਕੁਛ ਪਤਿਤ ਜੀ ਨਹੀਂ ਕਰ ਰਹੇ। ਜੀ ਜੀ ਜੋਗਿੰਦਰ ਸਿੰਘ ਜੀ, ਹੁਣ ਜਿਹੜਾ ਲਾਸਟ ਵਾਲਾ ਸਮਾਂ ਆ, ਜੋ ਕਿ ਸਮੇਂ ਦੇ ਵਿੱਚ ਜੋ ਪੰਜਾਬ ਤੋਂ ਬਾਹਰ ਦੇ ਗੁਰਦੁਆਰਿਆਂ ਦੇ ਪ੍ਰਬੰਧ ਨੇ, 1984 ਦੇ ਵਿੱਚ ਕਈ ਦਰਬਾਰ ਸਾਹਿਬ ਤੋਂ ਛੋਟੇ ਹੋਰ ਵੀ ਕਈ ਗੁਰਦੁਆਰੇ ਸੀ ਜਿਹਨਾਂ ਦੇ ਉੱਤੇ ਅਟੈਕ ਹੋਏ ਨੇ, ਜਿਹਨਾਂ ਤੇ ਹਮਲੇ ਹੋਏ ਨੇ, ਸਿੰਘ ਸ਼ਹੀਦ ਹੋਏ ਨੇ, ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਗੁਰੂ ਘਰ ਨੇ ਉੱਥੇ ਵੀ ਕਿਤੇ ਨਾ ਕਿਤੇ ਅੰਦਰ ਖਾਤੇ ਕਮੇਟੀਆਂ ਦੇ ਨਾਲ ਮੇਰੇ ਵਿੱਚ ਸਭ ਕੁਝ ਹੋ ਰਿਹਾ ਆ, ਪਰ ਜਿਹੜੇ ਪੰਜਾਬ ਤੋਂ ਬਾਹਰ ਗੁਰੂ ਘਰ ਨੇ ਉੱਥੇ ਸ਼ਰੇਆਮ ਜਿਹੜੀ ਹੈਗੀ ਆ ਭਾਰਤੀਆਂ ਵੱਲੋਂ, ਜਿਹੜੇ ਕਿ ਸਰਕਾਰਾਂ ਨੇ ਉਹਨਾਂ ਵੱਲੋਂ, ਪ੍ਰਸ਼ਾਸਨ ਵੱਲੋਂ ਜਾਂ ਉਹਨਾਂ ਲੋਕਾਂ ਵੱਲੋਂ ਜੋ ਸਥਿਤੀ ਨੂੰ ਨਹੀਂ ਵੱਧਾ ਫੁੱਲਾਂ ਦੇਖਣਾ ਚਾਹੁੰਦੇ, ਗੁਰੂਦੁਆਰਿਆਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ, ਜਿਵੇਂ ਸ਼ਿਲੋਂਗ ਦੀ ਤੁਸੀਂ ਗੱਲ ਕੀਤੀ ਹੈ, ਹੋਰ ਵੀ ਕਈ ਗੁਰੂ ਘਰ ਨੇ, ਇਹਨਾਂ ਬਾਰੇ ਤੁਸੀਂ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ? ਦੇਖੋ ਜੀ, ਹੁਣ ਅਸੀਂ ਮੁੱਖ ਮੁੱਦੇ ਵੱਲ ਆਈਏ, ਜੋ ਮੈਂ ਚਾਹੁੰਦਾ ਸੀ ਕਿ ਆਪਾਂ ਇਹਨੂੰ ਸ਼ਿਲੋਂਗ ਦੇ ਮੁੱਦੇ ਨੂੰ ਦੇ ਚੁੱਕੀਏ, ਮਗਰ ਉਸ ਤੋਂ ਪਹਿਲੇ ਮੈਂ 5 ਮਿੰਟ ਦਾ ਸਮਾਂ ਲੈ ਕੇ ਪੂਰੇ ਹਿੰਦੁਸਤਾਨ ਦੇ ਗੁਰਦੁਆਰਿਆਂ ਦਾ ਜੋ ਆਪ ਜੀ ਨੇ ਸਵਾਲ ਚੁੱਕਿਆ ਉਹਦੇ ਉੱਤੇ ਵੀ ਰਿਪੋਰਟ ਦੇ ਦਿੰਦਾ, ਤਾਂ ਅੱਖਾਂ ਖੁੱਲ ਜਾਣਗੀਆਂ ਪੂਰੇ ਵਰਲਡ ਦੀਆਂ, ਜੋ ਸਾਡੇ ਵੀਰ ਸਾਡੇ ਪੈਣਾ ਸੁਣ ਰਹੀਆਂ ਨੇ। ਪੰਜਾਬ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਕਤ ਪੂਰੇ ਹਿੰਦੁਸਤਾਨ ਦੇ ਕਿਸੇ ਗੁਰਦੁਆਰੇ ਚ ਨਹੀਂ ਹੈ, ਇਹ ਮੈਂ ਪਹਿਲਾਂ ਤੁਹਾਨੂੰ ਕਲੀਅਰ ਕਰ ਰਿਹਾ। ਜਿੰਨੀਆਂ ਵੀ ਸਟੇਟਾਂ ਹੈਗੀਆਂ ਨੇ ਸਾਰਿਆਂ ਨੇ ਆਪਣੀਆਂ ਆਪਣੀਆਂ ਕਮੇਟੀਆਂ ਬਣਾਈਆਂ ਹੋਈਆਂ ਨੇ, ਜਾਂ ਜਿਹਨਾਂ ਨੇ ਕਮੇਟੀਆਂ ਹਾਲੇ ਤੱਕ ਨਹੀਂ ਬਣਾਈਆਂ ਉਹਨਾਂ ਨੇ ਅੰਦਰ ਖਾਤੇ ਬਿਨਾਂ ਕਿਸੇ ਘੋਸ਼ਣਾ ਕੀਤੇ, ਬਿਨਾਂ ਕਿਸੇ ਅਨਾਊਂਸਮੈਂਟ ਦੇ ਉੱਤੇ ਉਹਨਾਂ ਨੇ ਸਾਰਾ ਕੰਟਰੋਲ ਆਪਣੇ ਹੱਥ 'ਚ ਰੱਖਿਆ ਹੈਗਾ। ਜਾਂ ਕਹਿ ਸਕਦੇ ਹੈਗੇ ਕਿ ਸ਼੍ਰੋਮਣੀ ਕਮੇਟੀ ਪੰਜਾਬ ਦੇ ਗੁਰਦੁਆਰਿਆਂ ਨੂੰ ਰਿਪ੍ਰੈਜੈਂਟ ਕਰਦੀ ਹੈ, ਤੇ ਬਾਕੀ ਦੀ ਸਟੇਟਾਂ ਦੇ ਅੰਦਰ ਉਹਨਾਂ ਨੇ ਵੀ ਆਪਣੇ ਪਿਓਰੀ ਜਗੀਰ ਸਮਝ ਕੇ ਆਪਣੀ ਇੱਕ ਦੁਕਾਨਦਾਰੀ ਬਣਾ ਕੇ ਰੱਖੀ ਹੋਈ ਹੈ, ਔਰ ਉਹ ਉੱਥੇ ਦੇ ਲੋਕਲ ਸਰਕਾਰਾਂ ਦੇ ਨਾਲ ਮਿਲ ਕੇ ਚੱਲ ਰਹੇ ਨੇ, ਚਾਹੇ ਉਹ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ, ਚਾਹੇ ਅਸੀਂ ਕਰਨਾਟਕ ਦੀ ਗੱਲ ਕਰ ਲਈਏ, ਚਾਹੇ ਅਸੀਂ ਤਮਿਲਨਾਡੂ ਦੀ ਗੱਲ ਕਰ ਲਈਏ, ਜਿੰਨੇ ਵੱਖ ਵੱਖ ਸਟੇਟਾਂ ਨੇ, ਮਹਾਰਾਸ਼ਟਰ ਵਗੈਰਾ, ਹਰ ਜਗ੍ਹਾ ਦੇ ਉੱਤੇ ਜਿਹੜੇ ਵੀ ਕੁਛ ਕੁਛ ਪਰਿਵਾਰ ਨੇ, ਸਭ ਤੋਂ ਵੱਡੀ ਗੱਲ ਮੈਂ ਵੀ ਇੱਥੇ ਦੱਸ ਦਵਾਂ ਕਿ ਉੱਥੇ ਇੰਡੀਵਿਜੁਅਲ ਇਲੈਕਸ਼ਨ ਕਰਕੇ ਚੁਣੇ ਬੰਦੇ ਨਹੀਂ ਨੇ, ਉੱਥੇ ਕੁਛ ਹਰ ਸਟੇਟ ਦੇ ਅੰਦਰ, ਹਰ ਰਾਜ ਦੇ ਅੰਦਰ ਕੋਈ ਇੱਕ ਖਾਸ ਪਰਿਵਾਰ ਹੈਗਾ, ਬਾਕੀ ਦਾ ਨਾਮ ਨਹੀਂ ਲੱਗਦਾ, ਉਹਨਾਂ ਦਾ ਹੀ ਸਾਰੇ ਗੁਰਦੁਆਰਿਆਂ ਦੇ ਉੱਤੇ ਕੰਟਰੋਲ ਹੈ, ਸਾਰਿਆਂ ਨੇ ਆਪਣੇ ਪਿਓ ਦੀ ਜਾਗੀਰ ਬਣਾ ਕੇ ਰੱਖੀ ਹੈ, ਦੁਕਾਨਦਾਰੀ ਖੋਲੀ ਹੋਈ ਹੈ ਗੁਰਦੁਆਰਿਆਂ ਦੇ ਨਾਮ ਦੇ ਉੱਤੇ, ਔਰ ਉੱਥੇ ਦੀ ਲੋਕਲ ਸਰਕਾਰਾਂ ਦੀ ਮਦਦ ਦੇ ਨਾਲ ਉਹ ਆਪਣੇ ਧੰਦੇ ਵੀ ਕਰਦੇ ਨੇ, ਆਪਣਾ ਪੋਲੀਟੀਕਲ ਬੈਨੀਫਿਟ ਵੀ ਲੈਂਦੇ ਨੇ, ਔਰ ਆਪਣਾ ਹਰ ਉਹ ਬੈਨੀਫਿਟ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਜਿਹਦੇ ਨਾਲ ਉਹਨਾਂ ਦੀ ਪਰਸਨਲ ਜਾਇਦਾਦ ਬਣ ਜਾਵੇ ਦੂਜੇ ਪਾਸੇ। ਮੈਂ ਕਿਉਂਕਿ ਸਿੱਖ ਚੈਨਲ ਦੇ ਪਲੇਟਫਾਰਮ ਦੇ ਉੱਤੇ ਕਈ ਸਾਲ ਤੱਕ ਸੇਵਾਵਾਂ ਦਿੱਤੀਆਂ, ਔਰ ਮੈਂ ਡਾਕੂਮੈਂਟਰੀ ਨਾਲ ਹਰ ਪਾਸੇ ਜਾਂਦਾ ਰਿਹਾ, ਇੱਕ ਚੀਜ਼ ਜਿਹੜੀ ਮੈਨੂੰ ਉੱਥੇ ਦੇਖ ਕੇ ਹੈਰਾਨੀ ਹੋਈ ਕਿ ਉੱਥੇ ਦੀ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ ਉਹ ਕਿਸੇ ਦੀ ਵੀ ਨਹੀਂ ਸੁਣਦੀਆਂ। ਅਗਰ ਅਸੀਂ ਉਹਨਾਂ ਨਾਲ ਗੱਲ ਕਰਨੇ ਆ, ਖਾਲਸਾ ਕਮੇਟੀ ਦਾ ਜਥੇਦਾਰ ਸ਼੍ਰੋਮਣੀ ਕਮੇਟੀ, ਉਹਨਾਂ ਦੇ ਲਫ਼ਜ਼ ਮਾਫ਼ ਕਰਨਾ ਆਉਂਦੇ ਨੇ, ਬੁਲਾ ਲਓ ਉਹਨਾਂ ਦੇ ਪਿਓ ਨੂੰ, ਅਸੀਂ ਕਿਸੇ ਦੇ ਪਿਓ ਤੋਂ ਨਹੀਂ ਡਰਦੇ, ਇਹ ਸਤਿਕਾਰ ਮਾਫ਼ ਕਰਨਾ ਸਾਡੇ ਅਕਾਲ ਫਤਿਹ ਸਾਹਿਬ ਦੇ ਜਥੇਦਾਰਾਂ ਦਾ ਤੇ ਸ਼੍ਰੋਮਣੀ ਕਮੇਟੀ ਦਾ ਸਤਿਕਾਰ। ਦੂਜੇ ਪਾਸੇ ਸਿਕਲੀਗਰ ਸਿੱਖਾਂ ਦੇ ਮੁੱਦੇ ਦੇ ਉੱਤੇ ਮੈਂ ਆਪ ਜੀ ਬੇਨਤੀ ਕਰਾਂਗਾ, ਆਉਣ ਵਾਲੇ ਦਿਨਾਂ ਦੇ ਅੰਦਰ ਅਗਰ ਸਿਕਲੀਗਰ ਸਿੱਖਾਂ ਨੂੰ ਮੈਂ ਬੜੇ ਨੇੜੇ ਦੇਖਿਆ, ਉਹਨਾਂ ਦੇ ਹਾਲਾਤ ਦੇ ਉੱਤੇ ਵੀ ਮੈਂ ਕੋਸ਼ਿਸ਼ ਕਰਾਂਗਾ ਆਪ ਜੀ ਨੂੰ ਬੇਨਤੀ ਕਰਾਂ ਕਿ 1 ਘੰਟੇ ਦਾ ਤੁਸੀਂ ਸਮਾਂ ਕੱਢੋ, ਅਸੀਂ ਦੁਨੀਆਂ ਨੂੰ ਇਹ ਵੀ ਦੱਸ ਪਾਈਏ ਸ਼ਾਖਾਵਾਂ ਚੱਲਦੀਆਂ ਹੋਈਆਂ ਸੀ, ਰਿਕਾਰਡ ਕੀਤੀਆਂ ਕਿਹੜੀਆਂ ਚੀਜ਼ਾਂ ਲਈ ਸਾਨੂੰ ਮਨਾ ਕੀਤਾ ਗਿਆ ਗੁਰੂ ਦੀ ਚਾਰ ਦੀਵਾਰੀ ਦੇ ਅੰਦਰ, ਕਾਨੂੰਨੀ ਤੌਰ ਦੇ ਉੱਤੇ ਸਰਕਾਰ ਵੱਲੋਂ ਪਰਮਿਸ਼ਨਾਂ ਲੈ ਕੇ ਔਰ ਕਮੇਟੀ ਦੇ ਲੈਟਰ ਪੈਸੇ ਰਿਟਰਨ ਪਰਮਿਸ਼ਨ ਲੈ ਕੇ ਆਰ ਐਸ ਐਸ ਦੀ ਸ਼ਿਕਾਵਾਂ ਨੂੰ ਅਸੀਂ ਰਿਕਾਰਡ ਕੀਤਾ, ਔਰ ਜਦੋਂ ਅਸੀਂ ਪ੍ਰਧਾਨ ਸਾਹਿਬ ਨੂੰ ਪੁੱਛਿਆ ਕਿ ਪ੍ਰਧਾਨ ਸਾਹਿਬ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਗੁਰਦੁਆਰੇ ਦੇ ਅੰਦਰ ਆਰ ਐਸ ਐਸ ਵਾਲਿਆਂ ਦਾ ਪ੍ਰੋਗਰਾਮ ਚੱਲ ਰਿਹਾ, ਉਹ ਕਹਿੰਦਾ ਭਾਜੀ ਮੇਰੀ ਵੀ ਮਜਬੂਰੀ ਹੈ, ਸਾਡੀ ਤਾਂ ਕੋਈ ਸੁਣਦਾ ਨਹੀਂ, ਸਾਡੀ ਮਦਦ ਕੱਲ ਫਿਰ ਇਹਨਾਂ ਨੇ ਕਰਨੀ ਹੈ, ਤੇ ਉਹਨਾਂ ਦੇ ਲਫ਼ਜ਼ ਤੋਂ ਲਫ਼ਜ਼ ਦੱਸ ਰਿਹਾ ਕਿ ਪਾਣੀ ਚ ਰਹਿ ਕੇ ਮਗਰ ਮੱਛੀ ਨਾਲ ਵੈਰ ਨਹੀਂ ਕੀਤਾ, ਇਹ ਸਾਡੇ ਕਮਰੇ ਤੇ ਸਾਡੇ ਗੁਰਦੁਆਰੇ ਦੀ ਚਾਰ ਦੀਵਾਰੀ ਨੂੰ ਇਸਤੇਮਾਲ ਕਰ ਲੈਂਦੇ ਨੇ, ਤੇ ਜਦੋਂ ਇਹਨਾਂ ਦੀ ਮਾਰਚ ਨਿਕਲਦਾ ਤੇ ਅਸੀਂ ਇਹਨਾਂ ਨੂੰ ਲੰਗਰ ਦੇ ਦਿੰਦੇ ਹਾਂ, ਇਹ ਹਾਲਤ ਹੈਗੀ ਹੈ ਸਾਡੇ ਲੀਡਰਾਂ ਦੀ, ਇਹ ਹਾਲਤ ਹੈ ਸਾਡੇ ਗੁਰਦੁਆਰਿਆਂ ਦੇ ਸੋ ਕਾਰਡ ਵੱਡੇ ਵੱਡੇ ਪ੍ਰਧਾਨਾਂ ਦੀ। ਮੈਂ ਫਿਰ ਦੱਸ ਦੇਵਾਂ ਸ਼੍ਰੋਤਿਆਂ ਨੂੰ, ਮੈਂ ਜੀ ਕਿਸੇ ਦੀ ਗੱਲ ਨਹੀਂ ਕਰ ਰਿਹਾ ਜੀ, ਮੈਂ ਬਾਕੀ ਦੇ ਸਟੇਟਾਂ ਦੇ ਗੁਰਦੁਆਰਿਆਂ ਦਾ ਹਾਲ ਦੱਸ ਰਿਹਾ, ਟਾਵਾਂ ਟਾਵਾਂ ਕੋਈ ਗੁਰਦੁਆਰੇ ਦਾ ਪ੍ਰਧਾਨ ਜਾਂ ਕੋਈ ਸਟੇਟ ਇੱਕ ਅੱਧੀ ਐਸੀ ਹੋਏਗੀ ਜਿਹੜੀ ਗੁਰੂ ਸਾਹਿਬ ਦੀ ਰਿਆਤ ਮਰਿਆਦਾ ਜਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਅਲੱਖ ਦੇ ਨਾਲ ਗੁਰਦੁਆਰਿਆਂ ਦਾ ਕੰਟਰੋਲ ਸਾਂਭ ਰਹੀ ਹੈ,
ਪਰ ਮੈਂ ਮਾਫ਼ ਕਰਨਾ, ਤਕਰੀਬਨ ਸਾਰੇ ਗੁਰਦੁਆਰੇ ਦੇ ਅੰਦਰ ਤੋਂ ਦੁਕਾਨਾਂ ਖੁੱਲੀਆਂ ਖੁੱਲੀਆਂ ਨੇ, ਉਹ ਪ੍ਰਧਾਨ ਲੋਕਲ ਸਰਕਾਰ ਦੀ ਰਜ਼ਾਮੰਦੀ ਦੇ ਨਾਲ ਇੱਕ ਮਿਊਚਲ ਸਰਕਾਰ ਦੇ ਤੌਰ ਦੇ ਉੱਤੇ ਗੁਰਦੁਆਰਿਆਂ ਨੂੰ ਇੱਕ ਦੁਕਾਨ ਦੀ ਤਰ੍ਹਾਂ ਚਲਾ ਰਹੇ ਹੈਗੇ। ਹੁਣ ਅਗਰ ਅਸੀਂ ਮੈਂ ਗੱਲ ਕਰਨਾ ਸ਼ਿਲੌਂਗ ਦੀ, ਜਿਹੜੀ ਮੈਂ ਚਾਹੁੰਦਾ ਕਿ ਸ਼ਰੋਤਿਆਂ ਨੂੰ ਪਤਾ ਲੱਗਣਾ ਹੈ, 84 ਅਸੀਂ ਜੂਨ ਦੀ ਗੱਲ ਕੀਤੀ, ਜੂਨ 84 ਦੀ ਗੱਲ ਕੀਤੀ, ਸਾਡੇ ਨਾਲ ਤੇ ਅੱਜ ਦੀ ਡੇਟ ਦੇ ਵਿੱਚ ਵੀ 84 ਇਸ ਵੇਲੇ ਵੀ ਵਾਪਰ ਰਹੀ ਹੈ। ਆਪਣੇ ਸ਼ਰੋਤਿਆਂ ਨੂੰ ਦੱਸਦਿਆਂ ਜਿਹੜੇ ਲਾਈਵ ਸੁਣ ਰਹੇ ਨੇ, ਅਸੀਂ ਜ਼ਿਕਰ ਕਰ ਰਹੇ ਹਾਂ 34 ਸਾਲਾਂ ਚ ਅਸੀਂ ਕੀ ਸਿੱਖਿਆ, ਨਾਨਾ ਤੇ ਸਾਡੀ ਸਿੱਖ ਕੌਮ ਦੇ ਉੱਤੇ ਅਸੀਂ ਕੁਛ ਵੀ ਨੀ ਸਿੱਖਿਆ। ਖਰੋਤਿਓ, ਮੈਨੂੰ ਲੱਗਦਾ ਕਿ ਜਸਵਿੰਦਰ ਸਿੰਘ ਹੋਣਾ ਦੀ ਕਾਲ ਜਿਹੜੀ ਆ ਡਿਸਕਨੈਕਟ ਹੋ ਚੁੱਕੀ ਹੈ, ਅਸੀਂ ਉਹਨਾਂ ਨਾਲ ਦੁਬਾਰਾ ਰਾਬਤਾ ਕਾਇਮ ਕਰਾਂਗੇ। ਜਿੱਦਾਂ ਕਿ ਅਸੀਂ ਗੱਲ ਕਰ ਰਹੇ ਹਾਂ 1984 ਦੀ ਕਹਿਰ ਦੇ ਦਿਨ, ਪਰ 1984 ਤੋਂ ਲੈ ਕੇ ਅੱਜ 2018 34 ਵਰੇ ਹੋ ਗਏ ਨੇ। 1984 ਤੋਂ ਲੈ ਕੇ ਇਹਨਾਂ 34 ਵਰਿਆਂ ਦੇ ਵਿੱਚ ਸਿੱਖਾਂ ਨੇ ਕਹਿਰ ਦੇ ਦਿਨ ਹੀ ਹੰਢਾਏ ਨੇ, ਤੇ ਅੱਜ ਵੀ ਕਹਿਰ ਦੇ ਦਿਨ ਜਿਹੜੇ ਸਿੱਖਾਂ ਦੇ ਉੱਤੇ ਜਾਰੀ ਨੇ, ਪੰਜਾਬ ਦੇ ਉੱਤੇ ਜਾਰੀ ਨੇ, ਕਿਉਂਕਿ 1984 ਦੇ ਵਿੱਚ ਅਨੰਦਪੁਰ ਦਾ ਜੋ ਮੁੱਦਾ ਸੀ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਪੰਜਾਬੀ ਬੋਲੀ ਦਾ ਮੁੱਦਾ, ਜਾਂ ਹੋਰ ਵੀ ਜਿੰਨੇ ਪੰਜਾਬ ਦੇ ਮਸਲੇ ਸੀ, ਉਹਨਾਂ ਦੇ ਨਾਲ ਸੰਬੰਧਿਤ ਜਿਹੜਾ ਅਨੰਦਪੁਰ ਦਾ ਮੁੱਦਾ ਸੀ, ਤੇ ਇਸੇ ਅਨੰਦਪੁਰ ਦੇ ਮੁੱਦੇ ਦੇ ਖਿਲਾਫ਼ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ ਭੁਗਤਦੀਆਂ ਰਹੀਆਂ ਨੇ, ਤੇ ਮੌਕੇ ਦੀ ਸਰਕਾਰ ਨੇ ਇਸ ਮੁੱਦੇ ਨੂੰ ਦਬਾਉਣ ਦੇ ਲਈ ਸੰਤ ਜਰਨੈਲ ਸਿੰਘ ਖਾਲਸਾ ਤੇ ਸਿੱਖ ਕੌਮ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸ੍ਰੀ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਕਈ ਗੁਰਦੁਆਰਿਆਂ ਦੇ ਉੱਤੇ ਹਮਲਾ ਕੀਤਾ ਤੇ ਸਿੰਘਾਂ ਨੂੰ ਸ਼ਹੀਦ ਕੀਤਾ। ਅਸੀਂ ਆਪਣੀ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੁਸੀਂ ਇੱਕ ਛੋਟੀ ਜਿਹੀ ਬ੍ਰੇਕ ਲਓ ਤੇ ਆਪਾਂ ਜਲਦੀ ਵਾਪਸ ਆਉਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਦੁਬਾਰਾ ਜਾਰੀ ਕਰਾਂਗੇ ਜਸਵਿੰਦਰ ਸਿੰਘ ਦਿੱਲੀ ਹੋਰਾਂ ਦੇ ਨਾਲ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਮਾਂ ਗੁਜਰੀ ਕਰ ਮਹਾਵਾਲੀ ਆ ਜਿਸ ਮਰਦ ਸੂਰ ਮਾਂ ਜਣਿਆ ਏ, ਨੇਕੀ ਦੀ ਖਾਤਰ ਲੜਦਾ ਰਿਆ ਮਾੜੇ ਦਾ ਹਾਮੀ ਬਣਿਆ ਏ।
जो गुरु घर की गल जिदा तुम दसा की जेडे पंजाब तो बहार गुरु घर ने उन्होंने गुरु घर आरक्षक प्रोग्राम हो रहे ने आरक्षक का कब्जा हो चुका है ते हुण जे मैं जे मैं हुण गल करा शिलोंग दी शिलोंग गुरु घर का जरा मुद्दा आ की मुद्दा है ये बारे साडे खरोतियां नूं जरूर जाणू करवाओ। देखो वीर जी मैं सब तो पहले माफी चाहना कि विचार कॉल डिस्कनेक्ट हो गई थी नेटवर्क के इशू करके, मगर जिस प्रोग्राम तो अज असी अपनी गलबात नूं लाइव शुरू किया कि 34 साल बाद असी अज की सिखिया ते मैं उदा ही एग्जाम्पल शिलोंग की गल तो करना है। असी अज बिल्कुल नहीं सीखे, 34 साल बाद भी साडियां पंगा लै रही ने साडियां धीआं भैणां दी इज्जत हाथ पै रहा है, जिदा सब तो वड्डा एग्जाम्पल अगर 84 दे कतलेआम दी असी गल करने आ जिन्हों सरकारी मीडिया ने हमेशा दंगे का नाम दिता है। अज इस वेले जो असी अज लाइव गल कर रहे हैं लगभग 9 बजे का टाइम है इंडिया का, तो इस वेले शिलोंग के अंदर लगभग 2000 सिखां दी जिंदगी 84 दे उसी दर्द नूं दोबारा भोग रही है जी, और बकायदा उन्होंने घरां नूं चारे पासों दी घेर के अग्गा लाने दी कोशिशां पिछले 2 दिनों तो जारी हैगियां ने। और अगर मैं डिटेल आप जी नूं देना चाहवां तो मैं दस दिना परसों दोपहर वेले तकरीबन दोपहर दे 1 बजे का समा सी सिख बच्चियां साडी कौम दीआं स्कूल या कॉलेज तो कितों आंदियां ने, लोकल बस का ड्राइवर जिस बस चों ओह उतरदियां ने और ड्राइवर उन्हां नाल छेड़ाखानी करदा उन्हां दी इज्जत दे उत्ते हाथ पांदा, मगर धन गुरु के ओह परिवार मैं सिफ करांगा परिवार दी मैं हले मिलिया नहीं, मेरी कोशिश है उन्हां ने दिमाग जिन्हां च मैं उत्ते जाके उन्हां दा इंटरव्यू भी करा, ओह बच्चियां जिहड़ियां 3-4 दी गिनती सन ओह ड्राइवर नूं कुट दिंदियां ने भाव अपनी इज्जत दी राखी करदियां ने, रोला पैंदा बस अड्डे दे उत्ते पुलिस आंदी है गिरफ्तार करदी है सारिया नूं थाने लैके जांदी है, और जिवें सरकारी रवैया तुहानूं पता थाणियां दा जो केस रजिस्टर्ड करन दी बजाय कंप्रोमाइज कराउण दीआं गल्लां करदे ने, ਤੇ ਉਹ ਸਰਕਾਰੀ ਆਰਡਰ ਕਹਿ ਲਓ ਪੁਲਿਸ ਦਾ ਦਬਾਅ ਕਹਿ ਲਓ ਉਸ ਮਾਮਲੇ ਨੂੰ ਉੱਥੇ ਖਤਮ ਕਰ ਦਿੱਤਾ ਜਾਂਦਾ, ਮਗਰ ਕੁਝ ਘੰਟਿਆਂ ਬਾਅਦ ਜਿਹੜਾ ਉਹ ਡਰਾਈਵਰ ਹੈ ਉਹ ਆਪਣੀ ਯੂਨੀਅਨ ਉਹ ਯੂਨੀਅਨ ਉੱਥੇ ਬੀਜੇਪੀ ਦੀ ਸਰਕਾਰ ਹੈਗੀ ਹੈ ਉਹ ਆਪਣੇ ਯੂਨੀਅਨ ਦੇ ਬੰਦਿਆਂ ਨੂੰ ਨਾਲ ਲੈ ਕੇ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਉਸ ਇਲਾਕੇ ਜਿੱਥੇ ਸਿੱਖਾਂ ਦੀ ਆਬਾਦੀ ਹੈ ਮੈਂ ਉਸ ਜਗ੍ਹਾ ਦਾ ਨਾਮ ਵੀ ਆਪ ਜੀ ਨੂੰ ਦੱਸ ਦੇਣਾ ਬੜਾ ਬਾਜ਼ਾਰ ਕਿਹਾ ਜਾਂਦਾ ਹੈਗਾ ਵੇ, ਕੋਈ ਵੀ ਗੂਗਲ ਦੇ ਉੱਤੇ ਗੂਗਲ ਮੈਪ ਦੇ ਉੱਤੇ ਸਰਚ ਕਰ ਸਕਦਾ ਹੈਗਾ ਵੇ ਚੈੱਕ ਕਰ ਸਕਦਾ ਕਿ ਮੈਂ ਕਿਸ ਜਗ੍ਹਾ ਦੀ ਗੱਲ ਕਰ ਰਿਹਾ। ਉਸ ਜਗ੍ਹਾ ਨੂੰ ਚਾਰੋਂ ਤਰਫ ਤੋਂ ਘੇਰ ਕੇ ਸਿੱਖਾਂ ਦੇ ਪਰਿਵਾਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਹਨਾਂ ਦੇ ਘਰਾਂ ਤੇ ਪੈਟਰੋਲ ਬੰਬ ਸੁੱਟੇ ਜਾਂਦੇ ਨੇ, ਗੋਲੀਆਂ ਚਲਾਈਆਂ ਜਾਂਦੀਆਂ ਨੇ, ਪਥਰਾਵ ਕੀਤਾ ਜਾਂਦਾ, ਭਾਵ ਜੋ 1984 ਦੇ ਦਿੱਲੀ ਔਰ ਹਿੰਦੁਸਤਾਨ ਦੇ ਵੱਖ ਵੱਖ ਸ਼ਹਿਰਾਂ 'ਚ ਸਾਡੇ ਨਾਲ ਵਾਪਰਿਆ ਉਹ ਪਰਸੋਂ ਰਾਤੀ ਔਰ ਕੱਲ ਰਾਤੀ ਲਗਾਤਾਰ 2 ਦਿਨ ਤੋਂ ਉਨ ਪਰਿਵਾਰਾਂ ਦੇ ਨਾਲ ਇਹ ਘਟਨਾ ਉੱਥੇ ਵਾਪਰਦੀ ਹੈ। ਸਾਨੂੰ ਉੱਥੇ ਦੀ ਫੁਟੇਜ ਮਿਲਦੀ ਹੈ, ਹਾਲਾਂਕਿ ਉੱਥੇ ਇਸ ਵੇਲੇ ਕਰਫਿਊ ਲਗਾ ਦਿੱਤਾ ਗਿਆ, ਇੰਟਰਨੈਟ ਬੰਦ ਕਰ ਦਿੱਤਾ ਗਿਆ, ਉੱਥੇ ਸਭ ਤੋਂ ਵੱਡੇ ਜ਼ੁਲਮ ਦੀ ਮੈਂ ਗੱਲ ਕਵਾਂ ਉੱਥੇ ਦੀ ਜਿਹੜੀ ਲੋਕਲ ਸਰਕਾਰ ਦਾ ਜ਼ੁਲਮ ਹੈ, ਸਿੱਖਾਂ ਦੇ ਕਲੋਨੀ ਦੀ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ, ਉੱਥੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ, ਔਰ ਜਿਹੜਾ ਉੱਥੇ ਮੋਬਾਈਲ ਨੈਟਵਰਕ ਹੈ ਉਹ ਵੀ ਟੋਟਲੀ ਬੰਦ ਹੈਗਾ, ਸਿਰਫ ਟੈਲੀਫੋਨ ਤੇ ਗੱਲਬਾਤ ਹੋ ਰਹੀ ਹੈ, ਟੈਲੀਫੋਨ ਦੇ ਅੰਦਰ SMS ਸਰਵਿਸ ਜਿਹੜੀ ਕਿਸੇ ਨੂੰ SMS ਕਰਨਾ ਚਾਹ ਉਹ ਵੀ ਉਹਨਾਂ ਨੇ ਬੰਦ ਕੀਤੀ ਹੋਈ ਹੈ, ਭਾਵ ਉਸ ਜਗ੍ਹਾ ਦੇ ਉੱਤੇ ਜਿਹੜੇ ਵੀ ਸਰਕਾਰ ਜਿਹੜੇ ਵੀ ਲੋਕਲ ਗੁੰਡੇ ਮੈਂ ਕਹਾਂਗਾ ਜਿਹਨਾਂ ਦਾ ਕੰਟਰੋਲ ਹੈ ਉਹ ਪਿਛਲੇ 2 ਦਿਨਾਂ ਤੋਂ ਹਮਲੇ ਕਰ ਰਹੇ ਨੇ ਸਿੱਖਾਂ ਦੇ ਘਰਾਂ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਗੋਲੀਆਂ ਚਲਾ ਰਹੇ ਨੇ, ਔਰ ਅੱਜ ਜਿਹੜੇ ਗੁਰਸਿੱਖ ਪਰਿਵਾਰ ਦੇ ਨਾਲ ਦਸ ਦੀ ਦੁਪਹਿਰ ਵੇਲੇ ਫੋਨ ਤੇ ਗੱਲ ਹੋਈ ਇਹ ਸਾਰੀ ਗੱਲਬਾਤ ਫੇਸਬੁੱਕ ਦੇ ਉੱਤੇ ਆਲਰੇਡੀ ਸ਼ੇਅਰ ਹੈਗੀ ਹੈ, ਮੇਰੀ ਟਾਈਮਲਾਈਨ ਜਸਵਿੰਦਰ ਸਿੰਘ ਖਾਲਸਾ ਦੇ ਉੱਤੇ ਜਾ ਕੇ ਵੀ ਤੁਸੀਂ ਉਹਨੂੰ ਸਰਚ ਕਰਕੇ ਸੁਣ ਸਕਦੇ ਹੈਗੇ ਹੋ। ਉਸ ਪਰਿਵਾਰ ਨੇ ਸਾਫ ਕਿਹਾ ਕਿ ਇੱਥੇ ਦੀ ਸਰਕਾਰ ਇੱਥੇ ਦੀ ਪੁਲਿਸ ਤੋਂ ਸਾਨੂੰ ਕੋਈ ਉਮੀਦ ਨਹੀਂ, ਉਹ ਸਾਨੂੰ ਬਚਾਉਣ ਦੀ ਬਜਾਏ ਉੱਥੇ ਲੋਕਲ ਗੁੰਡਿਆਂ ਦੀ ਮਦਦ ਕਰ ਰਹੀ ਹੈ, ਸਾਨੂੰ ਅਗਰ ਕੋਈ ਬਚਾ ਸਕਦਾ ਤੇ ਸਾਨੂੰ ਸਿਰਫ ਫੌਜ ਬਚਾ ਸਕਦੀ ਹੈ, ਤੇ ਤੁਸੀਂ ਸਾਡੀ ਆਵਾਜ਼ ਦੁਨੀਆਂ ਤੱਕ ਪਹੁੰਚਾਓ। ਔਰ ਕਮਾਲ ਦੀ ਗੱਲ ਹੈਗੀ ਹੈ ਕਿ ਉਹ ਸਿੱਖ ਪਰਿਵਾਰ ਪਿਛਲੇ 6 ਪੁਸ਼ਤਾਂ ਤੋਂ ਉਸ ਜਗ੍ਹਾ ਤੋਂ ਰਹਿ ਰਹੇ ਨੇ, ਅਗਰ ਅਸੀਂ 20 ਸਾਲ ਵੀ ਘੱਟੋ ਘੱਟ 1 ਪੁਸ਼ਤ ਵੀ ਲਾ ਲਈਏ ਤੇ ਸੋਚ ਕੇ ਦੇਖੀਏ ਘੱਟੋ ਘੱਟ 100 ਸਾਲਾਂ ਤੋਂ ਉਹ ਪਰਿਵਾਰ ਉਹ ਸਿੱਖਾਂ ਦੀ ਗਿਣਤੀ ਜਿਹੜੀ ਲਗਭਗ 2500 ਤੋਂ 3000 ਪੂਰੇ ਸ਼ਿਲੋਂਗ ਮੇਘਾਲਿਆ ਚ ਹੈਗੀ ਹੈ, ਉਹ ਪੁਸ਼ਤ ਦਰ ਪੁਸ਼ਤ ਉਸ ਇਲਾਕੇ ਚ ਰਹਿ ਰਹੇ ਨੇ, ਉਹਨਾਂ ਦੇ ਨਾਲ ਅਗਰ ਅੱਜ ਫਿਰ 84 ਵਾਪਰ ਰਹੀ ਹੈ
ਔਰ ਸਭ ਤੋਂ ਵੱਡੇ ਅਫਸੋਸ ਦੀ ਗੱਲ ਮੈਂ ਆਪ ਜੀ ਦੇ ਸਵਾਲ ਦੇ ਉੱਤੇ ਲੈ ਕੇ ਆਵਾਂ, ਜਿਹੜਾ ਤੁਸੀਂ ਕਿਹਾ ਕਿ 34 ਸਾਲਾਂ ਚ ਅਸੀਂ ਕੀ ਸਿੱਖੇ, ਅਸੀਂ ਸ਼ੇਅਰ ਕੀਤੀ ਉਹਨਾਂ ਦੇ ਲਾਈਵ ਇੰਟਰਵਿਊ ਨੂੰ, ਅਸੀਂ ਉੱਥੇ ਦੇ ਕਤਲੇਆਮ ਨੂੰ ਕੋਸ਼ਿਸ਼ ਕਰਦੇ ਹੋਏ, ਹਜ਼ਾਰਾਂ ਦੀ ਭੀੜ, 2 ਤੋਂ 2500 ਬੰਦਿਆਂ ਦੀ ਹਜੂਮ ਦੀ ਭੀੜ ਜਿਹੜੀ ਵਿਜ਼ੂਅਲ ਵਿੱਚ ਸਾਫ਼ ਦਿਖ ਰਹੀ ਹੈ, ਪੁਲਿਸ ਉਹਨਾਂ ਨਾਲ ਮੱਥਾ ਮਾਰ ਰਹੀ ਹੈ ਕਿ ਇਹਦੇ ਕਤਲੇਆਮ ਨਾ ਕਰਨ, ਉਹ ਵੀਡੀਓ ਅਸੀਂ ਸ਼ੇਅਰ ਕੀਤੀਆਂ ਨੇ, ਮਗਰ ਕਿੰਨੇ ਹੈਰਾਨੀ ਦੀ ਗੱਲ ਹੈ ਸਾਡੇ ਅਖੌਤੀ ਸਿੱਖ ਮੁੰਡੇ, ਮੈਂ ਯੂਥ ਦੀ ਗੱਲ ਕਰ ਰਿਹਾ, ਜਿਹੜੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਾਂ ਸੰਤਾਂ ਦੀ ਗੱਲ ਕਰ ਲਈਏ ਜਾਂ ਜੂਨ ਦੀ ਗੱਲ ਕਰ ਲਈਏ, ਗੱਲਾਂ ਬਹੁਤ ਕਰਦੇ ਨੇ, ਕਿਸੇ ਨੇ ਅੱਜ ਦੀ ਡੇਟ ਦੇ ਅੰਦਰ ਜ਼ਿਆਦਾ ਸ਼ੇਅਰ ਨਹੀਂ ਕੀਤਾ ਇਸ ਮਸਲੇ ਨੂੰ। ਤੇ ਵੀਰ ਮੇਰੇ, ਮੈਂ ਕਿਵੇਂ ਕਹਿ ਦਿਆਂ ਕਿ ਅਸੀਂ 34 ਸਾਲ ਬਾਅਦ ਵੀ ਆਪਣੇ ਜ਼ਖਮਾਂ ਤੋਂ, ਜੂਨ ਦੇ ਮਹੀਨੇ ਤੋਂ, ਦਰਬਾਰ ਸਾਹਿਬ ਦੇ ਹਮਲੇ ਤੋਂ, ਅਕਾਲ ਤਖ਼ਤ ਉੱਤੇ ਢਾਹ ਢੇਰੀ ਹੁੰਦੇ ਉਸ ਵਕਤ ਨੂੰ ਭੁੱਲ ਜਾਈਏ, ਅੱਜ 34 ਸਾਲ ਬਾਅਦ ਵੀ ਅਗਰ ਸਾਡੇ ਨਾਲ ਸਿਰਫ 84 ਵਾਪਰ ਰਹੀ ਹੈ, ਓਫਿਸ਼ੀਅਲ ਤੌਰ ਤੇ ਵਾਪਰ ਰਹੀ ਹੈ, ਤਾਂ ਅਗਰ ਅਸੀਂ ਸੁੱਤੇ ਪਏ ਹਾਂ, ਸਾਡੇ ਜਥੇਦਾਰ ਆਪਣੇ ਕਮਰਿਆਂ ਦੇ ਅੰਦਰ ਏਅਰ ਕੰਡੀਸ਼ਨ ਵਿੱਚ ਆਰਾਮ ਨਾਲ ਇਹ ਜਿਹੀ ਖ਼ਬਰਾਂ ਦੇ ਉੱਤੇ ਸਿਰਫ ਮਾਈਕ ਦੇ ਉੱਤੇ ਬਿਆਨ ਦੇ ਰਹੇ ਨੇ, ਤੇ ਸਾਨੂੰ ਸੋਚਣਾ ਚਾਹੀਦਾ ਸਾਡੀ ਸਿੱਖੀ ਕਿਹੜੇ ਪਾਸੇ ਜਾ ਰਹੀ ਹੈ, ਸਾਡੀ ਲੀਡਰਸ਼ਿਪ ਕਿੰਨੀ ਨਿਕੰਮੀ ਹੋ ਚੁੱਕੀ ਹੈ, ਤੇ ਸਾਡਾ ਯੂਥ ਜਿਹੜਾ ਫੇਸਬੁੱਕ ਦੇ ਉੱਤੇ ਔਰ ਵਟਸਐਪ ਦੇ ਉੱਤੇ ਬਾਕੀ ਸਾਰੇ ਮਸਲਿਆਂ ਦੇ ਉੱਤੇ ਤੇ ਬੜਾ ਰੋਲਾ ਪਾਉਂਦਾ ਹੈ ਕਿ ਸਾਨੂੰ 2020 ਕਰਨਾ ਹੈ, ਸਾਨੂੰ ਖਾਲਿਸਤਾਨ ਚਾਹੀਦਾ ਹੈ। ਮੈਂ ਸੰਤਾਂ ਦੀ ਸੋਚ ਤੇ ਪਹਿਰਾ ਦੇ ਰਿਹਾ, ਅੱਜ ਉਹ ਸਾਰਾ ਯੂਥ ਮੈਂ ਹਲੂੜਾ ਦੇ ਰਿਹਾ, ਉਹ ਸੋ ਕਾਲ ਅਖੋਤੀ ਅੱਜ ਦੇ ਸਾਡੇ ਯੂਥ ਨੂੰ, ਉਹ ਅੱਜ ਇੰਨੀ ਵੱਡੀ ਘਟਨਾ ਸ਼ਿਲੋਂਗ ਵਿੱਚ ਵਾਪਰ ਰਹੀ ਹੈ ਤੇ ਉਹਨੂੰ ਬਚਾਉਣ ਲਈ ਅੱਗੇ ਕਿਉਂ ਨਹੀਂ ਆ ਰਹੇ? ਜੀ ਜੀ, ਜਸਵਿੰਦਰ ਸਿੰਘ ਜੀ, ਸਮਾਂ ਵੀ ਸਾਡਾ 5 ਮਿੰਟ ਦਾ ਰਹਿ ਗਿਆ ਆ, ਜਾਂਦੇ ਜਾਂਦੇ ਮੈਂ ਇੱਕ ਛੋਟਾ ਜਿਹਾ ਸਵਾਲ ਕਰਨਾ ਚਾਹੁੰਦਾ ਤੁਹਾਡੇ ਤੋਂ, ਤੇ ਉਹ ਤੋਂ ਬਾਅਦ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ। ਜਿੱਦਾਂ ਤੁਸੀਂ ਸ਼ਿਲੋਂਗ ਦੀ ਗੱਲ ਕੀਤੀ ਹੈ, ਸ਼ਿਲੋਂਗ ਦੇ ਵਿੱਚ ਕੁਝ ਪਰਿਵਾਰਾਂ ਦੇ ਉੱਤੇ ਹਮਲੇ ਹੋ ਰਹੇ ਨੇ, ਜੇ ਮੈਂ ਪੰਜਾਬ ਦੀ ਗੱਲ ਕਰਾਂ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਅੱਜ ਸਾਡੇ ਅੰਦਰ ਇਹ ਹੈ ਕਿ ਮੈਨੂੰ ਕੀ, ਹਨਾ, ਅੱਜ ਸਾਡੇ ਜਿਹੜੇ ਪਰਿਵਾਰ ਆ, ਅੱਜ ਜਿਹੜੇ ਸਾਡੇ ਪਰਿਵਾਰ ਆ, ਉਹ ਦੇਖ ਕੇ ਵੀ ਅਣਡਿੱਠਾ ਕਰ ਰਹੇ ਨੇ, ਉਹਨਾਂ ਨੂੰ ਇਹ ਹੈ ਕਿ ਸਾਡੇ ਬੱਚੇ ਸੇਫ ਨੇ। ਇੱਥੇ ਮੈਨੂੰ ਖਲਜੀਤ ਪਾਤਰ ਦੀਆਂ 2 ਲਾਈਨਾਂ ਯਾਦ ਆਉਂਦੀਆਂ ਨੇ, ਲੱਗੀ ਜੇਕਰ ਤੇਰੇ ਕਾਲਜੇ ਛੁਰੀ ਨਹੀਂ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸਾਨੂੰ ਇਹ ਲੱਗ ਰਿਹਾ ਕਿ ਸਾਡੇ ਘਰ ਤੱਕ ਉਹ ਅੱਗ ਨਹੀਂ ਪਹੁੰਚੀ ਹੈਗੀ, ਅਸੀਂ ਸੇਫ ਆ, ਦੂਜਿਆਂ ਦੇ ਘਰ ਅੱਗ ਲੱਗੀ ਆ ਪਰ ਸਾਡਾ ਘਰ ਸੇਫ ਆ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜੋ ਅੱਜ ਪੰਜਾਬ ਦੇ ਜਾਂ ਪੰਜਾਬ ਤੋਂ ਬਾਅਦ ਹਾਲਾਤ ਨੇ, ਜਿਹੜੇ ਲੋਕ ਆਪਣੇ ਆਪ ਨੂੰ ਸੇਫ ਸਮਝਦੇ ਨੇ ਸਿੱਖੀ ਦੇ ਵਿੱਚ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੀਰ ਮੇਰੇ, ਇਹ ਜਿਹੜੀ ਖੁਸ਼ਫਹਿਮੀ, ਮੈਂ ਗਲਤ ਫਹਿਮੀ ਵੀ ਨਹੀਂ ਕਵਾਂਗਾ, ਮੈਂ ਖੁਸ਼ਫਹਿਮੀ ਕਵਾਂਗਾ, ਇਹ ਖੁਸ਼ਫਹਿਮੀ ਉਹਨਾਂ ਦੀ ਤਦ ਤੱਕ ਹੈ ਜਦ ਤੱਕ ਉਹਨਾਂ ਦੀ ਧੀ ਦੀ ਇੱਜ਼ਤ ਦੇ ਉੱਤੇ ਕੋਈ ਹੱਥ ਨਹੀਂ ਪਾਉਂਦਾ ਤੇ ਉਹਨਾਂ ਦੇ ਪੁੱਤ ਦੀ ਦਾੜੀ ਜਦ ਤੱਕ ਕੋਈ ਨਹੀਂ ਫੁੱਟਦਾ, ਤਦ ਤੱਕ ਇਹਨਾਂ ਨੂੰ ਅਕਲ ਨਹੀਂ ਆਏਗੀ, ਜਦ ਤੱਕ ਆਪਣੇ ਵਿਹੜੇ ਅੱਗ ਨਹੀਂ ਲੱਗੇਗੀ। ਸ਼ਾਇਦ ਪੰਜਾਬ ਦੀ ਨੌਜਵਾਨੀ, ਪੰਜਾਬ ਦੀ ਲੀਡਰਸ਼ਿਪ ਵੀ ਸ਼ਾਇਦ ਇਹ ਜਿਹੇ ਮੁੱਢ ਬਣਾ ਰਹੀ ਹੈ ਕਿ ਪੰਜਾਬ ਦੇ ਹਰ ਘਰ ਉਸ ਅੱਗ 'ਚ ਝੂਮ ਪਏ। ਬੇਸ਼ਕ ਅੱਜ ਸੰਤਾਂ ਵਾਲਾ ਸਮਾਂ ਨਹੀਂ, ਬੇਸ਼ਕ ਅਜੇ ਤੱਕ ਸਾਲਾਂ ਉਹ ਆਪਣਾ ਰੋਲ ਅਦਾ ਨਹੀਂ ਕਰ ਰਹੀਆਂ, ਬੇਸ਼ਕ ਅੱਜ ਯੂਥ ਫੈਡਰੇਸ਼ਨ ਆ, ਜੋ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਸੇ ਲਈ ਹੁੰਦੀ ਸੀ ਜਿਹੜੀ ਪੰਜਾਬ ਦੇ ਯੂਥ ਨੂੰ ਸਾਂਭਦੀ ਸੀ, ਅੱਜ ਦੀ ਡੇਟ ਤੇ ਹਜ਼ਾਰਾਂ ਹਿੱਸੇ ਹੋ ਗਏ, ਪਰ ਹਰ ਹਿੱਸੇ ਦਾ ਇੱਕ ਪ੍ਰਧਾਨ ਇੱਕ ਰੱਬ ਬਣਿਆ ਬੈਠਾ, ਆਪਣੀ ਆਪਣੀ ਕੁਰਸੀ ਆਪਣੀ ਜਗੀਰ ਸਾਂਭ ਰਿਹਾ। ਮਗਰ ਜਿੱਥੇ ਤੱਕ ਮੇਰਾ ਤਜੁਰਬਾ, ਜਿੰਨਾ ਮੈਂ ਹਿੰਦੁਸਤਾਨ ਨਹੀਂ ਵਿਚਰ ਰਿਹਾ, ਸਾਡੀ ਲੀਡਰਸ਼ਿਪ ਨੂੰ ਘੁੱਟਣੇ ਟੇਕਣੇ ਪੈਣਗੇ, ਸਾਡੇ ਨੌਜਵਾਨਾਂ ਨੂੰ ਅੱਗੇ ਲਿਆਉਣਾ ਪਏਗਾ। ਸਮਾਂ ਬਹੁਤ ਔਖਾ ਹੈ, ਆਉਣ ਵਾਲਾ ਸਮਾਂ, ਸ਼ਾਇਦ ਮੇਰੀ ਉਮਰ ਅੱਜ 42-43 ਸਾਲ ਹੋ ਗਈ ਹੈ, ਸ਼ਾਇਦ ਮੇਰੇ ਲਫ਼ਜ਼ ਗਲਤ ਨਿਕਲਣ, ਔਰ ਮੈਂ ਗੁਰੂ ਅੱਗੇ ਅਰਦਾਸ ਕਰਾਂਗਾ ਕਿ ਮੇਰੇ ਲਫ਼ਜ਼ ਗਲਤ ਹੀ ਨਿਕਲਣ, ਮਗਰ ਮੇਰੇ ਹਿਸਾਬ ਨਾਲ ਜੋ 1984 ਦੇ ਵਿਚਕਾਰ ਦੇਖੀ, ਉਸ ਤੋਂ ਹਜ਼ਾਰਾਂ ਗੁਣਾ ਮਾੜਾ ਸਮਾਂ ਸਾਡੇ ਸਿਰ ਤੇ ਆਇਆ ਖਲੋਤਾ। ਸ਼ਾਇਦ ਅਸੀਂ ਸਿਰਫ ਇਹ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਮੇਰੀ ਪੱਗ ਤੇ ਹੱਥ ਪਵੇ ਤਦ ਮੈਂ ਬੋਲਾਂ, ਮਗਰ ਉਸ ਵੇਲੇ ਤੱਕ ਸਮਾਂ ਔਰ ਹਾਲਾਤ ਬਹੁਤ ਮਾੜੇ ਹੋ ਜਾਣਗੇ। ਇੱਕ ਉਹ ਸਮਾਂ ਸੀ, ਇਤਿਹਾਸ ਦੀ ਗੱਲ ਕਹੀਏ, ਕਿ ਘੋੜੇ ਦੀ ਕਾਠੀ ਅਤੇ ਭੱਜ ਭੱਜ ਕੇ ਸਿੱਖਾਂ ਨੇ ਜਾਨ ਬਚਾਈ ਸੀ, ਔਰ ਟਕੇ ਟਕੇ ਸਿਰ ਵਿਕਣ ਦੀ ਜਿਹੜੀ ਗੱਲਾਂ ਕਰਦੇ ਸਨ ਸਾਡੇ ਮੁਗਲ, ਅੱਜ ਹਕੂਮਤਾਂ ਸਾਡੀਆਂ ਪੱਗਾਂ ਨੂੰ ਟਕੇ ਟਕੇ ਸਿਰ ਵੇਚ ਨਹੀਂ ਰਹੀਆਂ, ਟਕੇ ਤੋਂ ਵੀ ਗਏ ਗੁਜਰੇ ਹਾਲਾਤਾਂ 'ਚ ਪੈਰਾਂ ਥੱਲੇ ਰੋਲ ਰਹੀਆਂ ਨੇ। ਸਾਡੀ ਲੀਡਰਸ਼ਿਪ ਚੁੱਪ ਹੈ, ਸਾਡੇ ਪ੍ਰਧਾਨ ਚੁੱਪ ਨੇ, ਸਾਡੇ ਜਥੇਦਾਰ ਚੁੱਪ ਨੇ, ਔਰ ਸਾਡਾ ਜਿਹੜੀ ਨੌਜਵਾਨੀ ਹੈ ਉਹ ਪਤਾ ਨੀ ਕਿਸ ਸੋਚ 'ਚ ਬੈਠੀ ਹੈ ਕਿ ਕਦੋਂ ਸ਼ਾਇਦ ਉਹਨਾਂ ਦੀ ਪੱਗ ਤੇ ਹੱਥ ਪਵੇ, ਉਹਨਾਂ ਦੀ ਧੀ ਭੈਣ ਤੇ ਹੱਥ ਪਵੇ, ਉਹਨਾਂ ਦੀ ਦਾੜੀ ਪੁੱਟੀ ਗਿਆ ਤਦ ਜਾਗਣਗੇ। ਪਤਾ ਨੀ ਗੁਰੂ ਸਾਹਿਬ ਕਿਹੋ ਜਿਹਾ ਸਮਾਂ, ਕਿਹੋ ਜਿਹੀ ਕਲਾ ਵਰਤਾ ਰਹੇ ਨੇ। ਮਗਰ ਇੱਕ ਚੀਜ਼ ਤੋਂ ਤੇ ਮੈਂ ਘੱਟੋ ਘੱਟ ਤਸੱਲੀ ਲੈ ਕੇ ਚੱਲਣਾ, ਮੈਂ ਆਪਣੇ ਆਪ ਨੂੰ ਤਸੱਲੀ ਦੇਣਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਾਫ਼ ਹੁਕਮ ਸੀ
ਕਿ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਤੱਕ ਤੇਜ ਜਿਉਂ ਨੇ ਸਾਰਾ ਜਬੀ ਅੱਗੇ ਵਿਪਲਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਅੱਜ ਅਸੀਂ ਬਾਣੀ ਤੋਂ ਪਿੱਛੇ ਹਟ ਗਏ, ਅਸੀਂ ਬਾਣੀ ਤੋਂ ਪਿੱਛੇ ਹਟ ਗਿਆ ਤੇ ਨਾ ਗੁਰੂ ਸਾਹਿਬ ਸਹਾਈ ਹੋਣਗੇ ਨਾ ਕਾਲਪੁਰਖ ਸਹਾਈ ਹੋਏਗਾ। ਸਾਨੂੰ ਪਹਿਲੇ ਵੀ ਜੁੱਤੀਆਂ ਪਈਆਂ, ਸਾਨੂੰ ਅੱਜ ਵੀ ਜੁੱਤੀਆਂ ਪੈ ਰਹੀਆਂ, ਪਰ ਅੱਗੋਂ ਵੀ ਸਾਨੂੰ ਜੁੱਤੀਆਂ ਪੈਂਦੀਆਂ ਰਹਿਣਗੀਆਂ ਅਗਰ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੁਕਮ ਬਾਣੀ ਤੇ ਬਾਣੇ ਨੂੰ ਨਾ ਮੰਨਿਆ। ਹਾਲਾਤ ਆਉਣ ਵਾਲੇ ਸਿੱਖਾਂ ਦੇ ਲਈ ਬਹੁਤ ਮਾੜੇ ਨੇ। ਗੁਰੂ ਅੱਗੇ ਅਰਦਾਸ ਕਰੀਏ, ਫਿਰ ਕੋਈ ਬਾਬਾ ਬੰਦਾ ਬਹਾਦਰ ਆਵੇ, ਕੋਈ ਹਰੀ ਸਿੰਘ ਮਲਵਾ ਆਵੇ, ਫਿਰ ਕੋਈ ਸੰਤ ਪਿੰਡਰਾਲਾ ਆਵੇ, ਤੇ ਜਿਹੜੀ ਨੌਜਵਾਨ ਪਨੀਰੀ ਅੱਜ ਨਸ਼ੇ ਚੋਦਰ ਔਰ ਨਾ ਜਾਣੇ ਕਿਹੜੇ ਕਿਹੜੇ ਐਬਾਂ ਚ ਫਸੀ ਬੈਠੀ ਹੈ, ਉਹਨੂੰ ਇੱਕ ਸਹੀ ਅਗਵਾਈ ਕੋਈ ਨਾ ਕੋਈ ਆਉਣ ਵਾਲੇ ਭਵਿੱਖ ਦੇ ਅੰਦਰ। ਗੁਰੂ ਅੱਗੇ ਆਓ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਸਾਨੂੰ ਇੱਕ ਨਵੀਂ ਔਰ ਸੱਚੀ ਸੁੱਚੀ ਲੀਡਰਸ਼ਿਪ ਜੋ ਸਿਰਫ ਸਿਰਫ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈਗੀ ਹੈ, ਉਹ ਆਪਣੀ ਜ਼ਿੰਮੇਵਾਰੀ ਸੰਭਾਲੇ। ਜਸਵਿੰਦਰ ਸਿੰਘ ਦਿੱਲੀ ਹੋਣਾ ਨੇ ਵਿੱਚ ਉਹਨਾਂ ਨੇ ਬਹੁਤ ਹੀ ਵਧੀਆ ਵਿਚਾਰ ਆਪਣੇ ਦਿੱਤੇ ਨੇ। 34 ਵਰਿਆਂ ਦੇ ਵਿੱਚ ਅਸੀਂ ਕੁਝ ਨੇ ਸਿੱਖ ਕਿਹਾ ਕਿ ਅੱਜ ਵੀ ਉਹੀ ਹਾਲਾਤ ਨੇ, ਉਦੋਂ ਨਾਲੋਂ ਭੈੜੇ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਸਿੱਖਾਂ ਦੇ ਲਈ ਬਣੇ ਹੋਏ ਨੇ। ਸਾਨੂੰ ਸੋਚਣ ਦੀ ਲੋੜ ਹੈ, ਸਮਝਣ ਦੀ ਲੋੜ ਹੈ ਤੇ ਇੱਕਜੁੱਟ ਹੋਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦੇ ਨਾਲ ਤੁਹਾਡੇ ਤੋਂ ਅੱਜ ਵਾਲਾ ਇਹਨਾਂ ਜਸਵਿੰਦਰ ਸਿੰਘ ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੁਹਾਡੇ ਤੋਂ ਅੱਗੇ ਇਹਨਾਂ ਜੀ ਮਿਲਾਂਗੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਦਵਿੰਦਰ ਸਿੰਘ ਖਾਲਸਾ ਨੂੰ ਦੁਆ ਗਿਆ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਰ ਗਿਆ ਤਨ ਜਿਗਰਾਂ ਤਲਗੀਆਂ ਵਾਲੇ ਬਾਬ ਚਾਰ ਧਰਮ ਤੋਂ ਵਾਰ।